ਸਾਰਿਆਂ ਕੋਲੇ ਬਹੁਤ ਕੁਛ ਕਹਿਣ ਨੂੰ ਹੈ ਔਰ ਸਾਰੇ ਅਸੀਂ ਭਾਵਨਾਤਮਕ ਤੌਰ ਤੇ ਬਹੁਤ ਇਮੋਸ਼ਨਲੀ ਜੁੜੇ ਹੋਏ ਹਾਂ ਸਾਰੀ ਮੂਵਮੈਂਟ ਦੇ ਨਾਲ ਔਰ ਬਹੁਤ ਦੋ ਪੱਖ ਨੇ ਤੇ ਦੋਨੋਂ ਪਾਸੇ ਭਾਵਨਾਵਾਂ ਨੇ ਇੱਕ ਪਾਸੇ ਭਾਵਨਾਵਾਂ ਉਹ ਨੇ ਜਿਹੜੀਆਂ ਨੇ ਕਿ ਅਸੀਂ ਡਰ ਰਹੇ ਹਾਂ ਕਿ ਸਾਡੇ ਜਿਹੜੇ ਲੋਕ ਬੈਠੇ ਆ ਉੱਥੇ ਸਾਡੇ ਭੈਣਾਂ ਭਰਾ ਬੱਚੇ ਠੰਡ ਦੇ ਮੌਸਮ 'ਚ ਉਹ ਬਹੁਤ ਦੁੱਖ ਭੋਗ ਰਹੇ ਹੈ ਔਰ ਉਹ ਬਿਮਾਰ ਹੋ ਰਹੇ ਹੈ ਔਰ ਮੀਂਹ ਪੈ ਰਿਹਾ ਪੋਹ ਦੀਆਂ ਰਾਤਾਂ ਨੇ ਉਸ ਪੱਖੋਂ ਅਸੀਂ ਬਹੁਤ ਜਿਹਨੂੰ ਕਹਿੰਦੇ ਅਸੀਂ ਚਿੰਤਿਤ ਹਾਂ ਕਿ ਕਿਵੇਂ ਉਹ ਸਾਰਾ ਕੰਮ ਕਰ ਰਹੇ ਹਾਂ ਤੇ ਦੂਜੇ ਪਾਸੇ ਜਿਹੜਾ ਹੈ ਅਸੀਂ ਖੁਸ਼ ਵੀ ਹਾਂ ਕਿ ਇੱਕ ਨਵਾਂ ਵਰਤਾਰਾ ਜਿਹੜਾ ਵਾਪਰ ਰਿਹਾ ਇਤਿਹਾਸ ਦੇ ਅੰਦਰ ਜਿਹੜਾ ਕਿ ਜਿਹਨੇ ਕਿ ਬਹੁਤ ਸੁਨਹਿਰੇ ਅੱਖਰਾਂ 'ਚ ਲਿਖਿਆ ਜਾਣਾ ਉਸ ਇਤਿਹਾਸ ਨੇ ਬਹੁਤ ਸੁਨਹਿਰੇ ਅੱਖਰਾਂ 'ਚ ਲਿਖਿਆ ਜਾਣਾ ਉਸ ਇਤਿਹਾਸ ਨੇ ਆਪਾਂ ਇਹਦੀ ਮਹੱਤਤਾ ਨੂੰ ਘਟਾ ਕੇ ਨਾ ਦੇਖੀਏ ਚਾਹੇ ਕੁਰਬਾਨੀਆਂ ਹੋ ਰਹੀਆਂ ਨੇ ਸ਼ਹੀਦੀਆਂ ਹੋ ਰਹੀਆਂ ਨੇ ਔਰ ਦੁੱਖ ਦਰਦ ਬਹੁਤ ਹੈ ਉਹਦੇ 'ਚ ਪੂਰਾ ਪੰਜਾਬ ਜਿਹੜਾ ਉਹਦਾ ਉਹਦੇ 'ਚ ਸ਼ਾਮਿਲ ਹੈ ਔਰ ਅਸੀਂ ਪੂਰੇ ਦਿਲੋਂ ਉਹ ਸਾਰੇ ਉਸਨੂੰ ਮਹਿਸੂਸ ਕਰ ਰਹੇ ਹਾਂ ਇਹ ਪਹਿਲੀ ਵਾਰੀ ਹੋਇਆ ਮੇਰੇ ਖਿਆਲ 'ਚ ਬਹੁਤ ਲੰਬੇ ਸਮੇਂ ਬਾਅਦ ਤੇ ਬਹੁਤ ਜੀਆਂ ਵਰਤਾਰਾ ਹੈ ਵੈਲਕਮ ਵਰਤਾਰਾ ਹੈ ਤੇ ਇਹ ਜੋ ਅਸੀਂ ਗੱਲਾਂ ਕਰ ਰਹੇ ਸੀ ਜਿਹੜੀਆਂ ਅਕਾਲੀ ਭਾਜਪਾ ਤੇ ਕਾਂਗਰਸ ਉੱਤੇ ਬੀਜੇਪੀ ਐਕਸਲ 'ਚ ਇਹ ਵਰਤਾਰੇ ਜਿਹੜੇ ਨੇ ਉਹ ਬੜੇ ਨੰਗੇ ਚਿੱਟੇ ਹੋ ਗਏ ਆ ਕਿ ਇਹ ਇੱਦਾਂ ਨਹੀਂ ਹੈਗੇ ਵਰਤਾਰੇ ਪਿੱਛੇ ਕੁਛ ਹੋਰ ਹੈ ਜਿਹੜਾ ਕਿ ਸਾਂਝਾ ਹੈ ਕਿ ਅਕਾਲੀ ਪਾਰਟੀ ਵੀ ਉੱਦਾਂ ਬਿਹੇਵ ਕਰਦੀ ਹੈ ਬੀਜੇਪੀ ਵੀ ਉੱਦਾਂ ਬਿਹੇਵ ਕਰ ਰਹੀ ਹੈ ਕਾਂਗਰਸ ਵੀ ਉੱਦਾਂ ਬਿਹੇਵ ਕਰਦੀ ਹੈ ਹੁਣ ਆਮ ਆਦਮੀ ਪਾਰਟੀ ਆਈ ਤੇ ਉਹ ਵੀ ਸਮਝੌਤਾ ਕਰਕੇ ਚੱਲ ਰਹੀ ਹੈ ਇਹਦਾ ਮਤਲਬ ਪਿੱਛੇ ਕੋਈ ਸਾਂਝੀ ਚੀਜ਼ ਹੈ ਜਿਹੜੀ ਕਿ ਜਿਹੜਾ ਅਸਲ ਅਸਲ ਜਿਹੜਾ ਜਿਹਨੂੰ ਕਹਿੰਦੇ ਕੰਟਰੋਲ ਹੈ ਜਿਹਦੇ ਕੋਲੇ ਉਹ ਇਹ ਤਿੰਨੇ ਚਾਰੇ ਨਹੀਂ ਹੈਗੀਆਂ ਤਿੰਨੇ ਚਾਰੇ ਉਹਦਾ ਬਾਹਰੀ ਰੂਪ ਨੇ ਉਹਦਾ ਚਿਹਰਾ ਨੇ ਉਹਦਾ ਬ੍ਰੇਨ ਨਹੀਂ ਹੈ ਉਹਦਾ ਕੰਟਰੋਲ ਨਹੀਂ ਹੈ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਸੋਰੀ ਟੂ ਇੰਟਰਪਟ ਜੋ ਫਰਜ਼ ਕਰੋ ਆਪਾਂ ਪਾਰਟੀ ਬਣਾ ਕੇ ਤੇ ਆਪਣੀ ਸਰਕਾਰ ਬਣ ਜਾਂਦੀ ਹੈ 2022 ਚ ਨਾ 27 ਦੇ ਵਿੱਚ ਤੇ ਆਪਾਂ ਨੂੰ ਵੀ ਮੀਨਸ ਜਦੋਂ ਪਾਵਰ ਹੱਥ ਚ ਆਊਗੀ ਤੇ ਇਵੇਂ ਬਦਲਣਾ ਪੈ ਜਾਊਗਾ ਜੀ ਕੋਈ ਨਾ ਕੋਈ ਪਾਵਰ ਨਹੀਂ ਇਦਾਂ ਨਹੀਂ ਹੁੰਦਾ ਇਦਾਂ ਨਹੀਂ ਹੁੰਦਾ ਇਦਾਂ ਨਹੀਂ ਹੁੰਦਾ ਉਹ ਤੁਸੀਂ ਪ੍ਰੋਗਰੈਸ ਹੋ ਰਹੀ ਹੈ ਇਦਾਂ ਨਹੀਂ ਹੁੰਦਾ ਤੁਸੀਂ ਦੇਖੋ ਪ੍ਰੋਗਰੈਸ ਬਹੁਤ ਹੋ ਰਹੀ ਹੈ ਪ੍ਰੋਗਰੈਸ ਕੀ ਹੋ ਰਹੀ ਹੈ ਕਿ ਇਹ ਸਾਰੇ ਕੁਝ ਤੋਂ ਨਿਕਲਦੇ ਹੋਏ ਹੀ ਸਮਾਜ ਠੀਕ ਦਿਸ਼ਾ ਵੱਲ ਵਧ ਰਿਹਾ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਸਮਾਜ ਠੀਕ ਦਿਸ਼ਾ ਵੱਲ ਵਧ ਰਿਹਾ ਉਹਦੇ ਅੰਦਰ ਕਿਉਂਕਿ ਸਮਾਜ ਜਦੋਂ ਅੱਗੇ ਵੱਧਦਾ ਹੈ ਤਾਂ ਉਹ ਕੋਈ ਸਿੱਧਾ ਜਿਹਨੂੰ ਕਹਿੰਦੇ ਆ ਨੈਸ਼ਨਲ ਹਾਈਵੇ ਵਰਗਾ ਸਿੱਧਾ ਨਹੀਂ ਹੁੰਦਾ ਉਹ ਪਗਡੰਡੀਆਂ ਵਰਗਾ ਹੁੰਦਾ ਸਮਾਜ ਦਾ ਵਿਕਾਸ ਕਦੇ ਇੱਧਰ ਨੂੰ ਜਾਂਦੀ ਕਦੇ ਇੱਧਰ ਨੂੰ ਜਾਂਦੀ ਕਦੇ ਇੱਧਰ ਨੂੰ ਜਾਂਦੀ ਹੈ ਤੇ ਉਹ ਕਈ ਵਾਰੀ ਕਿਸੇ ਸਟੇਜ ਤੇ ਲੱਗਦਾ ਵੀ ਉੱਥੇ ਅਸੀਂ ਤਾਂ ਉੱਥੇ ਘੁੰਮ ਜਾ ਰਹੇ ਹਾਂ ਇੱਦਾਂ ਨਹੀਂ ਹੁੰਦਾ ਸਮਾਜ ਅੱਗੇ ਵੱਧ ਰਿਹਾ ਔਰ ਇਹ ਸਾਰੇ ਸਮਾਜਿਕ ਵਰਤਾਰੇ ਚੋਂ ਹੀ ਜੋ ਬਾਹਰ ਨਿਕਲਿਆ ਹੈ ਉਹਦਾ ਹੀ ਸਿੱਟਾ ਹੈ ਅਸੀਂ ਤੱਤ ਕੱਢਦੇ 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 ਹੁਣ ਜੋ ਕਲੈਕਟਿਵ ਲੀਡਰਸ਼ਿਪ ਦੀ ਗੱਲ ਆ ਗਈ ਨਾ ਹੁਣ ਕਿਸਾਨ ਯੂਨੀਅਨ 'ਚ ਕਲੈਕਟਿਵ ਲੀਡਰਸ਼ਿਪ ਹੈ ਕਿਸੇ ਇੱਕ ਕੋਈ ਇੱਕ ਜਥੇਬੰਦੀ ਸਮਝੌਤਾ ਨਹੀਂ ਕਰ ਸਕਦੀ ਇਹ ਕਿਵੇਂ ਵਾਪਰਿਆ ਇਹ ਤਜਰਬੇ 'ਚ ਵਾਪਰਿਆ ਨਾ ਸੋ ਤਜਰਬਾ ਬੜਾ ਹੀ ਮਹੱਤਵਪੂਰਨ ਤਜਰਬਾ ਹੈ ਜੋ ਸਾਨੂੰ ਕਾਂਗਰਸ ਨੇ ਦਿੱਤਾ ਪਿਛਲੇ 70 ਸਾਲਾਂ ਤੋਂ ਜੋ ਅਸੀਂ ਕਾਂਗਰਸ ਦਾ ਭੁਗਤਿਆ ਜਾਂ ਬੀਜੇਪੀ ਦਾ ਭੁਗਤਿਆ ਜਾਂ ਹੁਣ ਅਸੀਂ ਆਮ ਆਦਮੀ ਪਾਰਟੀ ਦਾ ਵਰਤਾਰਾ ਦੇਖ ਰਹੇ ਹਾਂ ਕਿਸ ਢੰਗ ਦੇ ਨਾਲ ਠੀਕ ਹੈ ਆਮ ਆਦਮੀ ਪਾਰਟੀ ਨੂੰ ਉਸ ਪੱਧਰ 'ਤੇ ਲੈਣਾ ਚਾਹੀਦਾ ਫਿਰ ਵੀ ਕਾਂਗਰਸ ਜਾਂ ਬੀਜੇਪੀ ਦੇ ਪੱਧਰ 'ਤੇ ਇਹ ਕਾਂਗਰਸ ਔਰ ਬੀਜੇਪੀ ਜਿਹੜੀਆਂ ਨੇ ਇਹ ਆਲ ਆਊਟ ਸੋਲਡ ਆਊਟ ਪਾਰਟੀਆਂ ਨੇ ਅਕਾਲੀ ਦਲ ਨੇ ਸਮਝੌਤਾ ਕੀਤਾ ਆਪਣੇ ਨਿੱਜੀ ਹਿੱਤਾਂ ਦੀ ਖਾਤਰ ਔਰ ਆਮ ਆਦਮੀ ਪਾਰਟੀ ਵੀ ਜਿਹੜੀ ਹੈ ਪਾਵਰ 'ਚ ਰਹਿਣ ਲਈ ਸਮਝੌਤੇ ਕਰਕੇ ਚੱਲ ਰਹੀ ਹੈ ਇਹ ਗੱਲਾਂ ਦੋ ਗੱਲਾਂ ਨੂੰ ਆਪਾਂ ਨੂੰ ਮੇਰੇ ਖਿਆਲ ਡਿਫਰੈਂਸ਼ੀਏਟ ਕਰਨਾ ਚਾਹੀਦਾ ਅਕਾਲੀ ਦਲ ਨੂੰ ਵੀ ਔਰ ਆਮ ਆਦਮੀ ਪਾਰਟੀ ਨੂੰ ਵੀ ਅਕਾਲੀ ਦਲ ਕੋਈ ਕਾਰਪੋਰੇਟ ਦੀ ਪਾਰਟੀ ਨਹੀਂ ਹੈ ਜਿਹੜੀਆਂ ਕਾਂਗਰਸ ਤੇ ਬੀਜੇਪੀ ਨੇ ਦੋਨੋਂ ਕਾਰਪੋਰੇਟ ਦੀਆਂ ਪਾਰਟੀਆਂ ਬਣ ਚੁੱਕੀਆਂ ਨੇ ਸੋਲਡ ਆਊਟ ਨੇ ਇਹਨਾਂ ਦੇ ਬਾਹਰ ਆਉਣ ਦੀ ਸੰਭਾਵਨਾ ਨਿਲ ਹੈ ਲੇਕਿਨ ਅੱਜ ਵੀ ਅਕਾਲੀ ਦਲ ਅਗਰ ਉਹ ਥੋੜੀ ਜਿਹੀ ਲੀਡਰਸ਼ਿਪ ਬਦਲ ਜਾਂਦੀ ਹੈ ਅਕਾਲੀ ਦਲ ਨੂੰ ਸਿਰਫ ਇੱਕ ਪਰਿਵਾਰ ਨੇ ਖਰਾਬ ਕੀਤਾ ਅਕਾਲੀ ਦਲ ਦਾ ਜੋ ਕਿਰਦਾਰ ਸੀਗਾ ਲੜਾਕੂ ਕਿਸਮ ਦਾ ਉਹ ਬਹੁਤ ਵੰਡਰਫੁਲ ਸੀਗਾ ਕਮਾਲ ਦਾ ਇਹਨਾਂ ਦਾ ਜਿਹੜਾ ਇਤਿਹਾਸ ਹੈ ਸਾਰੇ ਅਕਾਲੀ ਦਲ ਦਾ ਔਰ ਅਕਾਲੀ ਦਲ ਉਸ ਤੋਂ ਬਾਅਦ ਸਾਰਾ ਐਮਰਜੈਂਸੀ ਵੇਲੇ ਜੋ ਇਤਿਹਾਸ ਰਿਹਾ ਸਾਰਾ ਉਹ ਮੋਰਚਿਆਂ ਦਾ ਇਤਿਹਾਸ ਹੈ ਸਾਰਾ ਕਿਵੇਂ ਸਿੱਖ ਸੱਭਿਆਚਾਰ ਨੂੰ ਬਚਾਉਣਾ ਹੈ ਸਾਰਾ ਉਹ ਸਾਰਾ ਉਹਦੇ 'ਚ ਬਹੁਤ ਵੰਡਰਫੁਲ ਗੱਲਾਂ ਵੀ ਨੇ ਲੇਕਿਨ ਕੁਛ ਲੋਕਾਂ ਨੇ ਆਪਣੇ ਨਿੱਜੀ ਹਿੱਤਾਂ ਤੇ ਗੁਰਤੀ ਖਾਤਰ ਜਿਹੜਾ ਸਾਰਾ ਉਹਨੂੰ ਐਸਾ ਚੱਕਰ 'ਚ ਪਾਇਆ ਕਿ ਉਹ ਅਕਾਲੀ ਦਲ ਵੀ ਉਹੋ ਜਿਹਾ ਲੱਗਦਾ ਲੱਗਣ ਲੱਗ ਗਿਆ ਜਿਹੋ ਜਿਹੇ ਉਹਦੇ ਔਰ ਮੈਂ ਸਮਝਦਾ ਕਿ ਅਕਾਲੀ ਦਲ ਨੂੰ ਔਰ ਆਮ ਆਦਮੀ ਪਾਰਟੀ ਨੂੰ ਉਹਨਾਂ ਦੇ ਬਰਾਬਰ ਨਹੀਂ ਰੱਖ ਕੇ ਦੇਖਣਾ ਚਾਹੀਦਾ ਸਮਝੌਤਾ ਕਰੂ ਨੇ ਇਹ ਸਮਝੌਤਾ ਕਰੂ ਨੇ ਕਾਰਪੋਰੇਟ ਦੀਆਂ ਪਾਰਟੀਆਂ ਨਹੀਂ ਹੈਗੀਆਂ ਇਹ ਇਹਨਾਂ ਨੂੰ ਅਗਰ ਅੱਜ ਵੀ ਇਹਨਾਂ ਦਾ ਕੇਡਰ ਜਿਹੜਾ ਹਾਲੇ ਬੈਠਾ ਹੈ ਕੇਡਰ ਤਾਂ ਵੈਸੇ ਉਹਨਾਂ ਪਾਰਟੀਆਂ 'ਚ ਵੀ ਚੰਗਾ ਬੈਠਾ ਇਹ ਨਹੀਂ ਵੀ ਕਾਂਗਰਸ 'ਚ ਬੀਜੇਪੀ ਕੇਡਰ ਅੱਛਾ ਨਹੀਂ ਹੈ ਪਰ ਉਹ ਜਿਸ ਢੰਗ ਦਾ ਕੇਡਰ ਹੈ ਉਹਦੀ ਕੋਈ ਔਕਾਤ ਨਹੀਂ ਹੈ ਉਹ ਬਗਾਵਤ ਨਹੀਂ ਕਰ ਸਕਦਾ ਉਹਦੇ 'ਚੋਂ ਬਾਹਰ ਨਹੀਂ ਆ ਸਕਦਾ ਉਸ ਦੀ ਸੰਭਾਵਨਾ ਬਹੁਤ 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 ਘੱਟ ਹੈ
अकाली दल का केडर और आम आदमी पार्टी का केडर एक गुणात्मक तौर पर वखरे ने। मेरे ख्याल दोनों डिफरेंशियल करना चाहिए और आप ना समझिए कि अभी गोल 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 थी घूमी जा रहे हैं। लगता है इदा कि फिर जो बंदा पहला नारे दे के आता फिर पावर च आ जाता। जिम्मे तीरा पत्रा जी कह रहे थे भी मोदी ने बड़े वधिया वधिया नारे दिते बड़ा वधिया वधिया गल्लां कीतियां पर फिर उत्थे आ गया इदा ही अकाली दल च वापरिया। इदा नहीं हुंदा उस समाज जिहड़ा तरक्की कर रहा लोग चेतन हो रहे हैं और अज जो वर्तारा असीं देख रहे कलैक्टिव लीडरशिप ते आके खड़ गया और लोग जिहड़े ने आप मुहारे जिहड़े ने उह खास दिशा वल वध रहे हैं। यह कितने ना कि वो सारे कुछ की नैगेटिव एक्सपीरियंस की जो असीं चलिया जो धोखे धड़ियां ते सही हिता है जो झूठ तूफान बोले गए लोगों नाल वह सारे कुछ तो निकलिया ना वो हवा चो थोड़ा आ गया। तो इस करके कोई मायूस होने वाली गल नहीं है। समाज इदा ही विकसित हों समाज का विकास बहुत जिगजैग हों जिगजैग अंग्रेजी कहते जिगजैग हों कोई डंडी वर्गा वो कभी किधर जाता कभी किधर जाता इतिहास योजे स्टेज आते जिसे लगता है कि प्रोग्रेस हो रही रही पर प्रोग्रेस हो रही होंगी अंदर हो रही होंगी है समाज के अंदर जो जो कचोला पै रहा हों जो रिड़का पै रहा हों हो रही होंगी है। तो समाज के अलग अलग पड़ा होंगे ने हूँ पड़ा जोड़ा वो लड़ाई का पड़ा है अज लड़ाई का पड़ा है। तो इस लड़ाई के पड़ा थोड़ा जहा देखिए मैं थोड़ा जा बोलना फिर उस तो बाद बाकी सारे दोस्तों को बेनती करूंगा मैं कि सारे आप अपने बलबले अपने अपने फीलिंग सांझे करने क्योंकि सांझे तौर पर असी क्योंकि जी जी कलैक्टिव कॉन्शियसनैस होंगी है सांझी चेतना होंगी है सांझा ज्ञान होंगे सांझा जरा जरा तजुर्बे आप सांझा करना एक दूजे वो बहुत बड़ा हो जाता। फिर कोई एक बंदा जरा कोई एडा वड्डा फिलोसफर नहीं होंगे अज के युग हर बंदे को अपना तजर्बा है आप अपना ज्ञान है आप अपना एक इनफॉर्मेशन है तो जो असं साझी करते हैं तो फिर कहते वन प्लस वन अलेवन हो जाती है। तो उस प्रोसैस आप कहने मैं फिर पांच दस मिनट बोलूंगा वो मैं समझना कि दो तरीके होंगे सच में समझने सच समझना सब तो इंपॉर्टेंट होंगे। तुम इतिहास के किसी भी फेज खड़े हो सच समझना सच को बदलने की कोशिश करना सच सच समझना सच न जिन्हों कहते जिधर कुदरत लेना जाके लैके जाना चाह रही है जिधर समाज जाना चाह रहा उधर लैके जाना अच्छी दिशा वाल इंप्रूवमेंट वाल सुधार वाल विकास वाल उधर लैके जाना दो ही काम होंगे समाज के अंदर सच न समझो। गुरु तुम सारा इतिहास देख लो अपने ऋषिया मुनिया तो लैके उपनिषदा तो लैके गुरु नानक साहब गुरबाणी तक सारा जो इतिहास है अगे उस तो बाद विज्ञानिक पद्धर से जिन्होंने लोगों ने मार्क्स देने राही या होर समझने की कोशिश की। तो चीजों को समझने के दो तरीके होंगे आम तौर पर एक तो होंगे विज्ञानिक तरीका कि विज्ञान को समझो कि विज्ञानिक टूल वरत के सच को समझो। एक होंगे फिलोसफर होंगे जो गुरु होंगे कला तत्थों भी देख रहे होंगे यही कि विज्ञानिक नहीं होंगे तत्थों भी देख रहे होंगे लेकिन उन्होंने अंदर एक ऐसी पावर होंगी है जिन्होंने कहते हैं तीजी अख होंगे तीजा नेत्र होंगे उन्होंने को अपने अंदर उस सारिया तत्थों देख के अब्जॉर्व करके एक नवे ढंग गल कर सकते होंगे उन्होंने कहते हैं फलसफा सभ्याचार जरा जिसे उपर निवृत विकसित करता हौली हौली और दिख होंगे वो घटनावान की शकल च नहीं होंगे विचार की शकल च होंगे सभ्याचार की शकल च होंगे साढ़े रीति रिवाजों की शकल च होंगे साढ़े रहन सहन च होंगे वह बहुत सूक्ष्म होंगे और दिखते नहीं है। वह दोनों पद्धर के उपर विकास समाज जरा विकास करता है सच में समझने की कोशिश होंगी रही हमेशा ही होंगी रही है। पहला क्योंकि बहुत थोड़े लोग सच में समझने की समर्था रखते इस करके उन्होंने ना जाने जाते थे अज क्योंकि इनफॉर्मेशन का युग है अब बहुत सारे लोग समझ रहे हैं अब तुम एक ना नहीं मिलेगा बहुत सारे नाम मिलने के जिन्होंने इकट्ठा कर दिए बहुत वधिया ज्ञान बन जाता है बहुत वधिया समझ बन जाती है। तो घटनावां नूं जोड़ के देखिए वैज्ञानिक तरीका होंगे कि घटना कहने कनैक्टिंग द डॉट्स अंग्रेजी च कहने कनैक्टिंग द डॉट्स कि आ घटना हो रही है फिर 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 जोड़ो उन्होंने कोई लिंक है तो आम तौर पर आप पावे कुछ लिंक होएगा घटनावान इदा नहीं वापर दियाँ हफजड़ गिरदुगड़ियाँ घटनावान जो वापर दियाँ ने तो उन्होंने आपस लिंक होंगे कितने ना कि और लिंक के अज का युग कहता है अज का जो मैनेजमेंट का साइंस कहती है कि अज का मतलब लगभग तुम ला लो 20th सेंचुरी सारी कि पिछले एक सौ साल तो सौ सवा सौ साल तो चीजा अपने आप नहीं वापर दियाँ प्लैन कितिया जाए जी कित भी देखोगे प्लैनिंग होंगी प्लैनिंग बड़ी एडवांस की होंगी है
कोई कोई दंगिया का इतिहास सारा जिन्हें लोगों ने दंगिया की स्टडी की उन्होंने कहा दंगे कभी अपने आप नहीं होंगे दंगे करवाए जाते हैं हमेशा देखने दंगे लगते भी वो फलाने फलाने भड़क गए जी फलाने कम्यूनिटी भड़क गई जी उन्हें उन्होंने आ किया जी उन्हें आ किया जी उन्होंने फिर अभी उत्थे लड़ते रहने भी कि जाति से उन्होंने पहले जाति की किन्ने जाति की उलझते रहने लेकिन उस गल वाल ध्यान ही नहीं जाता साडा भी ये पिछे एक बड़ी तगड़ी फोर्स होंगी है जी लड़ा और प्लैन करती है संताली की मंड होगी कोई संताली की मंड हिंदू मुसलमान करके नहीं हुई संताली की मंड के अंदर प्लैनिंग सी हिंदू मुसलमान के सेंटीमेंट वरत्या गया सिर्फ एक प्लैनिंग सी अंदर ब्रिटिश ने प्लैनिंग की प्लैनिंग करके उन्होंने किस ढंग के उन्होंने सारा स्ट्रक्चर स्टडी किया और बड़े बड़े श्रूड से बड़े चुस्त से छात्र से उन्हें सारा उसका रिलीजियस स्ट्रक्चर देखा उसका सभ्याचार देखा उस हिसाब उन्होंने प्लैनिंग की किमें इस मुल्क वीक किया जाए ना कि साढ़े अंडर रहन कल एडे मजबूत ना हो जाए भी कल पूरे का पूरा कॉन्टीनेंट जो भारत को एक देश थोड़ा सी भारत एक पूरा का पूरा कॉन्टीनेंट से अपने आप ची तो कॉन्टीनेंट जे जे यूनाइटेड रहा जो कट्ठा रहा जो सूझवान हों इस अब पावरफुल सब तो वाला पावर वो हों कोई चीन चून कोई अमरीका अमरूका नहीं बन सकते पावर असं पावर होंगे लेकिन सीख दिशा च जान तो रोकने वास्ते उन्होंने लोगों ने प्लैनिंग करके वो दंगे प्रमोट किए भावनावान भड़काई और सारे सारा का इतिहास जो इतिहासकार ने लिखा पूरा कली कली घटना उस गल की गवाह है किस ढंग के नाल जिहड़े ने प्लैनिंग ढंग दंगे करवाए गए तो इस तरह आप ले लिए लेटेस्ट वर्तारा जो बीमारी वाला बीमारी वाले वर्तारा अज तक भी लोग यही कही जाते हैं भी जी वरत रहा जिवें वर्तारा सच्चा होंगे बीमारी का वर्तारा सच्चा सीगा सच्चा सुचा तो उन्होंने मोदी ज कोई होर पार्टी वरत रही है इदा नहीं हों बीमारी का वर्तारा भी जो कि ना कि प्लान किया गया जो कुछ लोग जो थोड़ी बहुत आसे पास पढ़ने की आदत है वो शुरू तो ही कह रहे हैं कि यह जो वर्तारा है प्लांड वर्तारा है ये चेतन वर्तारा है ये षडयंत्र है ये कॉन्सपिरेसी है वो अंदर सैट एजेंडा है उस एजेंडे की पूर्ति वास्ते की जा रही है शुरू तो जदों तो शुरू होया मूवमेंट जिस दिन वो अनाउंस होया उस दिन तो ही कुछ लोगों ने जिन्होंने सारा पिछोकड़ पता सीगा उन्होंने समझ आ गई थी कि यह वर्तारा कोई अपने आप नहीं हो रहा इंतजार किया जा रहा तो इस तरह ये चीजा जी होंगे ने जी हम आप हूँ आ जाइए हूँ वर्तारे से देखो ये जो अंदोलन है बहुत शांतिपूर्वक है यदि वड्डी सब तो वड्डी जी जित है वह यह है कि यह अंदोलन हिंसा नहीं है क्योंकि हिंसक अंदोलन बखेरना बहुत सौखा होंगे स्टेट वास्ते चुटकी की गल है वो की मैटर करता वो 150 या कुछ हजार बंदे मर भी जाएंगे मर जा चिंतित ही नहीं है इतिहास यह जाएगा उस गल का गवाह पिया कि वो जांच करने वास्ते उन्होंने लखा बंदे मरवाए हिटलर का इतिहास पिया 60 लाख यूदी अगले ने गैस चैंबर मार पा के मारते तो वो उन्होंने मैटर नहीं करता उन्होंने मैटर करता कि असं किवें पावर च रहना किवें अपन पॉलिसी अपने अपने हितों सुरक्षित रखना तो वो कितने ना कि हिंसा जी होंगी है ये बड़ी खतरनाक होंगी है लोगों के नजरिए तो एक पर्टिकुलर स्टेज पर जाके हिंसा ऑर्गनाइज हो तो पॉजिटिव रोल प्ले कर सकती हो कर सकती इतिहास किया भी पॉजिटिव रोल प्ले हिंसा ने पर बड़ी कैलकुलेटेड ढंग के नाल बड़ी जिन्होंने कहते हैं दिशाहीन ना हो सिद्धत हो बहुत थोड़े जे लोगों के उपर सिद्धत हो जे कि वाकई बहुत क्रिमिनल ने तो हिंसा को पॉजिटिव लेकिन आम तौर पर हिंसा जी है तो दिशाहीनता वाल लैके जाती है और इस अंदोलन की सब तो खूबसूरती यह है कि हिंसक नहीं होया इस गल के बावजूद के पहला पंजाब हरियाणा के बॉर्डर से हिंसा की स्टेट ने हरियाणा गवर्नमेंट ने उस तो बाद उत्तराखंड के यूपी गवर्नमेंट ने की हिंसा जान बुझ के की इस गल जानते हुए कि पहला पंजाब के बैरियर टुट चुके हैं भी टुटन गए फिर भी हिंसा की क्यों प्रवोक करने वास्ते कि यह भी हिंसक हो जाए अगो प्रवोक कर ली फिर राजस्थान के बॉर्डर देखो बार बार हिंसा हो रही है क्यों की जा रही है वह भी हरियाणा गवर्नमेंट वालों की जा रही है कि प्रवोक हो जाए तो प्रवोक हो गए जो है हिंसा हो जाए तो हिंसा होकर दंगिया का शक्ल लै जाए ऐ लगे भी लोग आपस लड़ पे और देखो सारे का सारा वर्तारा जो हूँ गली गलोच किस ढंग के नाल अगर पहला स्टेट मशीनरी यूज किया जा रहा हिंसा प्रवोक करने लिए फिर मीडिया यूज किया जा रहा देखो मीडिया किवें किवें खास स्टेजा चो लंघा मीडिया पहला पाकिस्तान का कहता भी पाकिस्तान की कॉन्सपिरेसी है कभी चीन की कॉन्सपिरेसी कहता कभी कहता भी खालिस्तानी ने कभी कहता नक्सलाइट ने यह पगड़ीधारी
ਪਹਿਲਾਂ ਅਰਬਨ ਨਕਸਲਾਈਟ ਕਹਿੰਦੇ ਸੀ, ਹੁਣ ਟਰਬਨ ਨਕਸਲਾਈਟ ਕਹਿਣ ਲੱਗ ਗਏ, ਟਰਬਨ ਨਕਸਲਾਈਟਸ ਨੇ। ਇਹ ਕਿਤੇ ਕਿਤੇ ਕਹਿੰਦੇ ਮੀਡੀਆ ਨੂੰ ਯੂਜ਼ ਕਰ ਰਹੇ, ਜਿਹੜਾ ਗੋਦੀ ਮੀਡੀਆ। ਦੇਖੋ ਇਹ ਇੱਕ ਡਾ ਕਿੱਡੀ ਕਿੱਡੀ ਸੋਚੀ ਸਮਝੀ ਚਾਲ ਹੈ। ਉਹ ਨਕਸਲਾਈਟ ਜਾਂ ਖਾਲਿਸਤਾਨ ਦਾ ਕੀ ਮਤਲਬ ਹੈ? ਜਦ ਤੱਕ ਨਕਸਲਾਈਟ ਕਿਸੇ ਮੂਵਮੈਂਟ ਚੋਂ ਹਿੰਸਾ ਮਾਈਨਸ ਹੈ, ਤੁਹਾਨੂੰ ਨਕਸਲਾਈਟ ਕਹਿਣਾ ਜਾਂ ਖਾਲਿਸਤਾਨੀ ਕਹਿਣਾ ਤਾਂ ਬਿਲਕੁਲ ਗਲਤ ਹੈ। ਖਾਲਿਸਤਾਨ ਜੁੜਿਆ ਹੋਇਆ ਇੱਕ ਹਿੰਸਕ ਮੂਵਮੈਂਟ ਨਾਲ, ਕਿ ਹਿੰਸਾ ਕੀਤੀ ਗਈ, ਖਾਸ ਕਿਸਮ ਦੀ ਹਿੰਸਾ ਕੀਤੀ ਗਈ, ਹਿੰਸਾ ਦੇ ਸਿਰ ਤੇ ਖਾਲਿਸਤਾਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਉਹ ਤਾਂ ਖਾਲਿਸਤਾਨ ਹੋ ਗਿਆ। ਜੇ ਕੋਈ ਮਾਸ ਮੂਵਮੈਂਟ ਹੈ ਲੋਕਾਂ ਦੇ ਵਿੱਚ ਹੈ, ਤੇ ਜੇ ਉਹ ਸਿੱਖੀ ਦਾ ਸੱਭਿਆਚਾਰ ਉਹਦੇ ਅੰਦਰ ਹੈ, ਕਿਉਂਕਿ ਸਿੱਖ ਨੇ ਸਿੱਖ ਪਾਰਟੀਸਪੈਂਟ ਨੇ, ਤੇ ਸਿੱਖ ਸੱਭਿਆਚਾਰ ਹੋਏਗਾ ਉੱਥੇ। ਉਹ ਸਿੱਖ ਸੱਭਿਆਚਾਰ ਬਹੁਤ ਕਮਾਲ ਦਾ ਸੱਭਿਆਚਾਰ ਹੈ, ਉਹ ਆਜ਼ਾਦੀ ਪੱਖੀ ਆ, ਉਹ ਲੜਾਕੂ ਅੱਖਾਂ ਦੀ ਰਾਖੀ ਕਰਦਾ, ਉਹ ਮਜ਼ਲੂਮ ਦੀ ਰਾਖੀ ਕਰਦਾ। ਉਹ ਸਾਰਾ ਜਿਹੜਾ ਸਾਰੇ ਸਲੋਗਨ ਨੇ, ਸਾਰਾ ਉਹ ਤਕੀਆ ਕਲਾਮ ਹੈ, ਸਾਰਾ ਉੱਥੋਂ ਦਾ ਸਾਰਾ ਰਹਿਣ ਸਹਿਣ ਹੈ, ਸਾਰਾ ਉਹ ਸਿੱਖ ਸਿੱਖਾਂ ਦਾ। ਉਸ ਬੇਸ ਤੇ ਉਹਨੂੰ ਕਹਿਣਾ ਵੀ ਖਾਲਿਸਤਾਨੀ ਹੈ, ਕਿਉਂਕਿ ਉੱਥੇ ਪੱਗਾਂ ਵਾਲੇ ਨੇ, ਉੱਥੇ ਨਿਹੰਗ ਨੇ, ਇਸ ਕਰਕੇ ਇਹ ਬਿਲਕੁਲ ਟੱਕਾ ਹੋਇਆ ਨਾ। ਤੁਸੀਂ ਖਾਲਿਸਤਾਨੀ ਕਹੋ, ਜੇ ਉਹ ਹਿੰਸਾ ਕਰ ਰਹੇ ਹੋਣ, ਫਿਰ ਤੁਸੀਂ ਉਹਨੂੰ ਕਹੋ ਵੀ ਇਹ ਖਾਲਿਸਤਾਨੀ ਨੇ ਜੀ। ਇਸ ਤਰ੍ਹਾਂ ਨਕਸਲਾਈਟਾਂ ਤੇ ਨਕਸਲਾਈਟਮ ਨਾਲ ਵੀ ਹਿੰਸਾ ਜੁੜੀ ਹੋਈ ਹੈ। ਜਦੋਂ ਉਹ ਨਕਸਲਾਈਟ ਮੂਵਮੈਂਟ ਸੀਗੀ ਤਾਂ ਉਹ ਕਹਿੰਦੇ ਸੀ ਅਸੀਂ ਹਿੰਸਕ ਤੌਰ ਤੇ ਮਾਰ ਕੇ ਆਪਣੇ ਵਿਰੋਧੀਆਂ ਨੂੰ ਇੱਕ ਖਾਸ ਕਿਸਮ ਦਾ ਰਾਜ ਲਿਆਉਣਾ ਚਾਹੁੰਦੇ ਹਾਂ, ਇਨਕਲਾਬ ਲਿਆਉਣਾ ਚਾਹੁੰਦੇ ਹਾਂ। ਉਹ ਨਕਸਲਿਜ਼ਮ ਸੀਗਾ। ਅੱਜ ਜੇ ਉੱਥੇ ਕੋਈ ਲੈਫਟ ਪ੍ਰੋ ਲੈਫਟ ਬੰਦੇ, ਉਹ ਲੈਫਟ ਪਾਰਟੀਆਂ ਜਾਂ ਪ੍ਰੋ ਲੈਫਟ ਗਰੁੱਪਸ ਜਿਹੜੇ ਨੇ, ਉਹ ਮਾਸ ਮੂਵਮੈਂਟ ਲੜ ਰਹੇ ਨੇ, ਲੋਕਾਂ ਦੇ ਨਾਲ ਲੜ ਰਹੇ, ਆਪਣੇ ਅੱਖਾਂ ਖਾਤਰ ਲੜ ਰਹੇ, ਉਹਨੂੰ ਨਕਸਲਿਜ਼ਮ ਕਿੰਨੇ ਕਹਿ ਜਾ ਸਕਦਾ? ਸੋ ਨਕਸਲਿਜ਼ਮ ਤੇ ਖਾਲਿਸਤਾਨ ਦੋ ਉਹ ਨੋਸ਼ਨ ਨੇ ਜਿਹੜੀਆਂ ਵਾਇਲੈਂਸ ਨਾਲ ਜੁੜੀਆਂ ਹੋਈਆਂ ਨੇ। ਇੱਥੇ ਤਾਂ ਅੰਦੋਲਨ ਦਾ ਵਾਇਲੈਂਸ ਹੈ ਹੀ ਨਹੀਂ ਗੀ। ਇਹਨੂੰ ਖਾਲਿਸਤਾਨੀ ਕਹਿਣਾ ਜਾਂ ਨਕਸਲਿਜ਼ਮ ਕਹਿਣਾ ਤਾਂ ਬਿਲਕੁਲ ਹੀ ਜਿਹੜਾ ਸ਼ਰੇਆਮ ਸ਼ਰਾਰਤ ਹੈ ਨਾ, ਉਹ ਮੀਡੀਆ ਥਰੂ ਕੀਤੀ ਗਈ ਲੇਕਿਨ ਚੱਲੀ ਨਹੀਂ। ਉਹ ਹੁਣ ਉਹਨੂੰ ਕਹਿੰਦੇ ਅਰਬਨ ਨਕਸਲਾਈਟ, ਟਰਬਨ ਨਕਸਲਾਈਟ ਕਹਿਣ ਲੱਗੇ। ਤੋ ਇਹ ਕਿਤੇ ਨਾ ਕਿਤੇ ਮੀਡੀਆ ਵੱਲੋਂ ਸ਼ਰਾਰਤ ਕੀਤੀ ਗਈ, ਸਟੇਟ ਨੇ ਸ਼ਰਾਰਤ ਕੀਤੀ, ਮੀਡੀਆ ਨੇ ਸ਼ਰਾਰਤ ਕੀਤੀ, ਫਿਰ ਹੁਣ ਮੀਡੀਆ ਦੀ ਸ਼ਰਾਰਤ ਵੀ ਨਹੀਂ ਚੱਲ ਰਹੀ, ਸਟੇਟ ਦੀ ਸ਼ਰਾਰਤ ਵੀ ਚੱਲ ਰਹੀ। ਹੁਣ ਇੱਕ ਕਮਿਟਡ ਕੇਡਰ ਵੱਲੋਂ ਗਾਲੀ ਗਲੋਚ ਕਰਨਾ ਖਾਸ ਸਿਚੁਏਸ਼ਨ ਜਾ ਕੇ, ਔਰ ਗੰਦੀ ਅੰਗ ਦੀਆਂ ਗਾਲਾਂ ਕੱਢਣੀਆਂ ਜਾ ਕੇ, ਉਹ ਕਿਤੇ ਨਾ ਕਿਤੇ ਫਿਰ ਉਹ ਕੋਸ਼ਿਸ਼ ਹੋ ਰਹੀ ਹੈ ਕਿ ਪ੍ਰੋਵੋਕ ਹੋ ਕੇ ਫਿਰ ਗੱਲ ਪੈ ਜਾਣ ਸਾਡੇ, ਤੇ ਹਿੰਸਾ ਹੋ ਜਾਵੇ, ਤੇ ਸਟੇਟ ਨੂੰ ਮੌਕਾ ਮਿਲ ਜਾਵੇ ਉਹ ਇੱਥੇ ਰਾਸ਼ਟਰਪਤੀ ਲਾ ਕੇ, ਤੇ ਫਿਰ ਉੱਦਾਂ ਦੀ ਹਿੰਸਾ ਕਰਨ। ਇਹ ਕਿਤੇ ਨਾ ਕਿਤੇ ਇਹ ਡੋਟਸ ਨੂੰ ਵੀ ਕਨੈਕਟ ਕਰਕੇ ਦੇਖਾਂਗੇ ਆਪਾਂ, ਤਾਂ ਉਹਦੇ ਚ ਇੱਕ ਲੈਸਨ ਨਿਕਲਦਾ ਕਿ ਪੀਸਫੁਲ ਰਹਿ ਕੇ ਅੰਦੋਲਨ ਕਰਨਾ, ਆਪਣੇ ਹੱਕਾਂ ਲਈ ਲੜਨਾ ਬਹੁਤ ਹੀ ਜ਼ਰੂਰੀ ਹੈ। ਪੀਸ ਬਹੁਤ ਜ਼ਰੂਰੀ ਹੈ, ਹਿੰਸਾ ਮਾਈਨਸ ਹੋਣੀ ਚਾਹੀਦੀ। ਇੱਕ ਗੱਲ ਜਿਹੜੀ ਹੈ, ਇਹਦੇ ਚ ਬਹੁਤ ਤਕੜਾ ਲੈਸਨ ਹੈ, ਇਹ ਅੰਦੋਲਨ ਜਦ ਤੱਕ ਹਿੰਸਕ ਨਹੀਂ ਹੁੰਦਾ ਤਦ ਤੱਕ ਇਹਨੂੰ ਤੋੜਿਆ ਨਹੀਂ ਜਾ ਸਕਦਾ, ਔਰ ਹਿੰਸਾ ਤੋਂ ਪਰਹੇਜ਼ ਕਰਨਾ ਚਾਹੀਦਾ, ਹਰ ਕਿਸਮ ਦੀ ਹਿੰਸਾ ਤੋਂ ਪਰਹੇਜ਼ ਕਰਨਾ ਚਾਹੀਦਾ। ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਹੜਾ ਸਟੇਟ ਨੂੰ ਇਹ ਬਹਾਨਾ ਦੇਵੇ ਕਿ ਜੀ ਹਿੰਸਾ ਕਰ ਰਹੇ ਹਾਂ। ਇਸ ਗੱਲ ਤੋਂ ਬਹੁਤ ਹੀ ਚੇਤੰਨ ਰਹਿਣਾ ਚਾਹੀਦਾ ਸਾਨੂੰ ਸਾਰਿਆਂ ਨੂੰ, ਪਿੰਡਾਂ ਦੇ ਪੱਧਰ ਤੇ ਸਾਡੇ ਯੂਥ ਨੂੰ, ਕਿਉਂਕਿ ਪ੍ਰਵੋਕ ਸਾਡੀ ਯੂਥ ਜਿਹੜੀ ਹੈ ਉਹਦੇ ਅੰਦਰ ਇੱਕ ਪੰਜਾਬੀਆਂ ਦੇ ਅੰਦਰ ਬਹੁਤ ਇੱਕ ਕਮਜ਼ੋਰੀ ਹੈ ਕਿ ਬਹੁਤ ਜਲਦੀ ਪ੍ਰਵੋਕ ਹੋ ਜਾਂਦੇ ਆ, ਪ੍ਰਵੋਕ ਮਰਨ ਮਾਰਨ ਤੇ ਆ ਜਾਂਦੇ ਆ। ਸੋ ਫਾਰਚੂਨੇਟਲੀ ਅਸੀਂ ਖੁਸ਼ਕਿਸਮਤ ਹਾਂ ਕਿ ਅਜੇ ਤੱਕ ਉਹ ਜਿਹੜਾ ਸਾਡਾ ਜਿਹਨੂੰ ਕਹਿੰਦੇ ਆ ਕਮਜ਼ੋਰੀ ਹੈ, ਉਹ ਅਜੇ ਤੱਕ ਬਾਹਰ ਨਹੀਂ ਆਈ ਵੱਡੇ ਰੂਪ ਚ, ਲੇਕਿਨ ਉਹਦੀ ਸੰਭਾਵਨਾ ਬਣੀ ਹੋਈ ਹੈ, ਸੰਭਾਵਨਾ ਬਣੀ ਹੋਈ। ਉਸ ਸੰਭਾਵਨਾ ਤੋਂ ਆਪਾਂ ਨੂੰ ਬਹੁਤ ਹੀ ਚੇਤਨ ਰਹਿਣਾ ਚਾਹੀਦਾ ਕਿ ਅਸੀਂ ਉਸ ਸੰਭਾਵਨਾ ਨੂੰ ਬਚ ਕੇ ਰਹੀਏ। ਦੂਜੀ ਕੁਛ ਡੋਟਸ ਕਨੈਕਟ ਕਰਨੀਆਂ ਚਾਹੀਦੀਆਂ ਜਿਹੜੀਆਂ, ਕਿ ਇਸ ਅੰਦੋਲਨ ਦੀ ਤਾਕਤ ਕੀ ਹੈ ਤੇ ਇਸ ਅੰਦੋਲਨ ਚੋਂ ਨਵਾਂ ਕੀ ਵਾਪਰਿਆ। ਇਸ ਅੰਦੋਲਨ ਦੀ ਬਹੁਤ ਵੱਡੀ ਤਾਕਤ ਹੈ ਕਿ ਇਸ ਅੰਦੋਲਨ ਨੇ ਜਿਹਨੂੰ ਕਹਿੰਦੇ ਮੱਛੀ ਦੀ ਅੱਖ ਚ ਤੀਰ ਮਾਰਿਆ, ਕਿ ਅਸਲ ਦੋਸ਼ੀ ਜਿਹੜਾ ਹੈ ਕਿ ਕੌਣ ਹੈ ਜਿਹੜਾ ਸਾਡੇ ਬੈਂਕਾਂ ਨੂੰ ਲੁੱਟ ਕੇ ਲੈ ਕੇ ਜਾ ਰਿਹਾ, ਕੌਣ ਹੈ ਜਿਹੜਾ ਸਾਡਾ ਪਬਲਿਕ ਮਨੀ ਹੈ, ਸਾਡਾ ਜਿਹੜਾ ਖਜ਼ਾਨਾ ਹੈ ਉਹਦੇ ਤੇ ਡਕੈਤੀਆਂ ਮਾਰ ਰਿਹਾ। ਦੇਖਣ ਨੂੰ ਮੋਦੀ ਲੱਗਦਾ, ਉਹ ਦੇਖਣ ਨੂੰ ਮੋਦੀ ਲੱਗਦਾ, ਲੇਕਿਨ ਉਹ ਮੋਦੀ ਨਹੀਂ ਹੈ। ਉਹਦੇ ਪਿੱਛੇ ਉਹ ਤਾਕਤਾਂ ਨੇ ਜਿਹੜੀਆਂ ਕਿ ਰੀਅਲੀ ਪਾਵਰਫੁਲ ਨੇ, ਉਹਨੂੰ ਕੋਈ ਸ਼ਿਵਾਜਰੇ ਵਰਗੇ ਡੀਪ ਸਟੇਟ ਕਹਿੰਦੇ ਆ, ਉਹਨੂੰ ਤੁਸੀਂ ਕੋਈ ਨਾਂ ਦੇ ਲਓ, ਉਹ ਪਰਦੇ ਦੇ ਪਿੱਛੇ ਕੰਮ ਕਰਦੇ ਆ। ਉਹਦੇ ਲਈ ਜਿਹੜੀ ਪੋਲੀਟੀਕਲ ਗਵਰਨਮੈਂਟ ਹੈ ਉਹ ਜਾ ਕੇ ਆਉਂਦੀ ਹੈ ਤਿੰਨ ਨੰਬਰ ਤੇ। ਪਹਿਲੇ ਨੰਬਰ ਤੇ ਉਹਨਾਂ ਦੀ ਆਪਣੀ ਜਥੇਬੰਦੀਆਂ ਹੁੰਦੀਆਂ ਨੇ, ਦੇ ਹੈਵ ਸੀਕਰਟ ਆਰਗਨਾਈਜੇਸ਼ਨ ਜਿਹਦੇ ਰਾਹੀਂ ਉਹ ਓਪਰੇਟ ਕਰਦੇ ਆ। ਨੰਬਰ ਦੋ ਤੇ ਬਿਊਰੋਕਰੇਸੀ ਹੁੰਦੀ ਹੈ, ਅਫਸਰਸ਼ਾਹੀ। ਤੁਸੀਂ ਪਾਓਗੇ ਕਿ ਕਾਨੂੰਨਾਂ ਦੇ ਅੰਦਰ ਵੀ ਸਾਰੀ ਅਫਸਰਸ਼ਾਹੀ ਦਾ ਰੋਲ ਹੈ। ਪੋਲੀਟੀਕਲ ਲੀਡਰਾਂ ਨੂੰ, ਮੰਤਰੀਆਂ ਨੂੰ ਕੀ ਪਤਾ ਕਿੱਦਾਂ ਕਾਨੂੰਨ ਬਣਾਈਦੇ ਕਿੱਦਾਂ ਨਹੀਂ ਬਣਾਈਦੇ, ਕੁਛ ਨਹੀਂ ਪਤਾ ਇਹਨਾਂ ਨੂੰ। ਇਹ ਤਾਂ ਮੋਹਰ ਲਾ ਦਿੰਦੇ ਆ ਬਸ, ਪਾਰਲੀਮੈਂਟ ਦੀ ਜਾਂ ਮੰਤਰਾਲੇ ਦੀ ਮਿਨਿਸਟਰੀ ਦੀ ਮੋਹਰ ਲੱਗ ਜਾਂਦੀ ਹੈ। ਹਲ ਪਿੱਛੇ ਬਣਾਉਂਦਾ ਕੌਣ ਹੈ? ਬਿਊਰੋਕਰੇਸੀ ਬਣਾਉਂਦੀ ਹੈ, ਔਰ ਬਿਊਰੋਕਰੇਸੀ ਨੂੰ ਨੰਬਰ ਦੋ ਤੇ ਪਾਵਰਫੁਲ ਹੈ ਉਹਨਾਂ ਤੋਂ। ਉਹ ਬਿਊਰੋਕਰੇਸੀ ਨੂੰ ਕਿਵੇਂ ਕੰਟਰੋਲ ਕਰਨਾ, ਉਹਦੇ ਉਸ ਤੋਂ ਅੱਗੇ ਉਹਨਾਂ ਦੀ ਆਰਗਨਾਈਜੇਸ਼ਨ ਨੇ। ਉਹਦੇ ਕੁਛ ਬੰਦੇ ਸਾਹਮਣੇ ਦਿਖਦੇ ਆ ਜਿਹੜੇ ਉਹਨਾਂ ਜਿਹੜੀਆਂ ਸੀਕਰਟ ਆਰਗਨਾਈਜੇਸ਼ਨ ਨੇ, ਉਹਨਾਂ ਦੇ ਕੁਛ ਬੰਦੇ ਜਿਹਨੂੰ ਆਪਾਂ ਏਜੰਸੀਆਂ ਕਹਿ ਦਿੰਦੇ ਆਮ ਤੌਰ ਤੇ,
ਏਜੰਸੀਆਂ ਸਾਹਮਣੇ ਨਹੀਂ ਦਿਖਦੀਆਂ, ਬਿਊਰੋਕਰੇਸੀ ਸਾਹਮਣੇ ਦਿਖਦੀ ਹੈ। ਸੋ ਉਹਦੇ ਪਿੱਛੇ ਇੱਕ ਹਿਡਨ ਪਾਵਰ ਹੁੰਦੀ ਹੈ, ਫਿਰ ਬਿਊਰੋਕਰੇਸੀ ਹੈ, ਫਿਰ ਥਰਡ ਨੰਬਰ 'ਤੇ ਪੋਲੀਟੀਕਲ ਗਵਰਨਮੈਂਟ ਆਉਂਦੀ ਹੈ। ਪੋਲੀਟੀਕਲ ਗਵਰਨਮੈਂਟ ਨੂੰ ਫੇਸ ਦੇ ਤੌਰ 'ਤੇ ਯੂਜ਼ ਕਰਦੇ ਹਾਂ, ਪੋਲੀਟੀਕਲ ਗਵਰਨਮੈਂਟ ਨੂੰ ਲੋਕ ਗਾਲਾਂ ਕੱਢੀ ਜਾਂਦੇ ਹੈ, ਬੁਰਾ ਭਲਾ ਕਹਿੰਦੇ ਹੈ, ਉਹਦੀ ਕੁੱਤੇਖਾਨੀ ਕਰਦੇ ਹੈ, ਉਹ ਕੱਲ੍ਹ ਨੂੰ ਬਦਲ ਦੇਣਗੇ, ਹੋਰ ਆ ਜਾਏਗਾ, ਇਸ ਕਰਕੇ ਉਹਨਾਂ ਨੂੰ ਫਰਕ ਨਹੀਂ ਪੈਂਦਾ। ਅਸੀਂ ਬਹੁਤ ਵਾਰੀ ਉਲਝ ਜਾਂਦੇ ਹਾਂ ਕਿ ਪੋਲੀਟੀਕਲ ਬੰਦੇ ਨੂੰ ਲੀਡਰ ਗਾਲਾਂ ਕੱਢੀ ਜਾਂਦੇ ਹਾਂ, ਉਹਨਾਂ ਨੂੰ ਕੁੱਤਿਆਂ ਬਿੱਲੇ ਕਹੀ ਜਾਂਦੇ ਹਾਂ, ਉਹ ਕੁੱਤੇ ਬਿੱਲੇ ਕੱਲ੍ਹ ਨੂੰ ਬਦਲ ਜਾਂਦੇ ਆ, ਤਾਂ ਸਾਡਾ ਅਸੀਂ ਫਿਰ ਅਸੀਂ ਕਹਿੰਦੇ ਸਾਡਾ ਧੋਖਾ ਹੋ ਗਿਆ, ਫਿਰ ਧੋਖਾ ਹੋ ਗਿਆ। ਅਸਲ 'ਚ ਅਸਲ ਜਿਹੜਾ ਇਸ ਅੰਦੋਲਨ ਦੀ ਤਾਕਤ ਹੈ ਕਿ ਉਹਨੇ ਰੀਅਲ ਕਲਪਰੇਟ ਫੋਕਸ ਕਰਤਾ ਕਿ ਕਾਰਪੋਰੇਟ ਜਿਹੜਾ ਇਸ ਸਮਾਜ ਦੇ ਅੰਦਰ ਪਹਿਲਾਂ ਹੀ ਕਾਬਜ਼ ਹੋ ਚੁੱਕਿਆ ਬਹੁਤੇ ਅਦਾਰਿਆਂ ਦੇ ਉੱਪਰ। ਮੋਦੀ ਨੇ ਆ ਕੇ ਉਸ ਵਰਤਾਰੇ ਨੂੰ ਬਹੁਤ ਤੇਜ਼ ਕੀਤਾ ਕਿ ਉਹਨੇ ਸਾਰੇ ਪਬਲਿਕ ਸੈਕਟਰ ਅਦਾਰੇ ਵੇਚਤੇ, ਪੂਰਾ ਮੁਲਕ ਵੇਚਤਾ, ਜਿੰਨੇ ਵੀ ਪ੍ਰੋਫਿਟੇਬਲ ਅਦਾਰੇ ਸੀਗੇ ਸਾਰੇ ਦੇ ਸਾਰੇ ਉਹਨੇ ਚੱਕੇ, ਜਿਹੜੇ ਨੇ ਪ੍ਰਾਈਵੇਟ ਅਦਾਰਿਆਂ ਦੇ ਉੱਤੇ ਬਹੁਤ ਸੱਤੇ ਔਰ ਕੋਠੀਆਂ ਦੇ ਭਾਅ। ਉਹ ਕਿਹਦੀ ਮਲਕੀਅਤ ਸੀਗੀ? ਉਹ ਦੇਸ਼ ਦੀ, ਕੰਟਰੀ ਦੀ ਸਾਂਝੀ ਮਲਕੀਅਤ ਸੀਗੀ। ਸਾਡੀ ਸਾਂਝੀ ਮਲਕੀਅਤ ਨੂੰ ਇੱਕ ਪੋਲੀਟੀਕਲ ਪਾਰਟੀ ਦੇ ਚੰਦ ਲੀਡਰਾਂ ਨੇ, ਉਹਦੇ ਚੋਂ ਦੋ ਜੋੜੀ ਇੱਕ ਦਿਖਦੀ ਸਿਰਫ ਮੋਦੀ ਅਮਿਤ ਸ਼ਾਹ ਦੀ, ਉਹਦੇ ਪਿੱਛੇ ਦੋ ਚਾਰ ਪੰਜ ਹੋਰ ਨਾਲ ਲਾ ਰੱਖੇ ਆ, ਉਹਦੇ 'ਚ ਬੀਜੇਪੀ ਨੂੰ ਵੀ ਕੋਈ ਪੁੱਛ ਨਹੀਂ ਰਿਹਾ। ਜੇ ਬੀਜੇਪੀ ਦੀਆਂ ਇਨਰ ਸਰਕਲ 'ਚੋਂ ਆ ਰਹੀਆਂ ਖ਼ਬਰਾਂ ਨੇ, ਉਹ ਵੀ ਉਹ ਰੋ ਰਹੇ ਆ ਵੀ ਸਾਨੂੰ ਤਾਂ ਪੁੱਛਦੇ ਕੋਈ ਨਹੀਂ। ਆਰ ਐਸ ਐਸ ਤਾਂ ਦੂਰ ਦੀ ਗੱਲ ਰਹੀ, ਆਰ ਐਸ ਐਸ ਨੂੰ ਅਗਲਿਆਂ ਨੇ ਵਰਤ ਰਹੇ ਆ, ਉਹ ਇੱਕ ਉਹਨਾਂ ਨੂੰ ਇੱਕ ਦੂਜੀ ਇਹ ਡੋਟ ਵੀ ਕਨੈਕਟ ਕਰੀ, ਕਿਵੇਂ ਉਹ ਹਿੰਦੂਆਂ ਨੂੰ ਕਹਿੰਦੇ ਤਾਂ ਉਹਨੂੰ ਮੁਸਲਮਾਨ ਤੁਹਾਨੂੰ ਮਾਰ ਦੇਣਗੇ, ਜੇ ਬਚਣਾ ਤਾਂ ਸਾਡੇ ਨਾਲ ਲੱਗੋ। ਮੁਸਲਮਾਨਾਂ ਨੂੰ ਕਹਿਣਗੇ ਵੀ ਹਿੰਦੂ ਤੁਹਾਡੇ ਦੇ ਅੱਤਵਾਦੀ ਨੇ ਤੇ ਉਧਰ ਉਧਰ ਮੁਸਲਮਾਨਾਂ ਨੂੰ ਪ੍ਰੋਵੋਕ ਕਰਦੇ ਆ। ਇੱਕ ਦੂਜੇ ਦੇ ਖਿਲਾਫ਼ ਵੀ ਇੱਦਾਂ ਇੱਕ ਦੂਜੇ ਦੇ ਖਿਲਾਫ਼ ਪਾ ਕੇ ਉਹ ਜੇ ਕੁਛ ਹਿੰਦੂ ਆਰਗਨਾਈਜੇਸ਼ਨ ਜਿਹੜੇ ਨੇ ਜਾਂ ਜਿਹੜੇ ਕੁਛ ਇੰਡੀਵਿਜੁਅਲ ਨੇ ਜਿਹਨੂੰ ਉਹ ਇੰਡੀਵਿਜੁਅਲ ਨੇ ਜਿਹਨੂੰ ਇਹ ਜਿਤਾ ਦਿੱਤਾ ਗਿਆ ਕਿ ਜਿਹੜੀ ਜਿਹੜੀ ਮੁਸਲਮਾਨ ਅਗਰ ਭਾਰੂ ਹੋਣਗੇ ਤਾਂ ਉਹ ਬੜਾ ਖਤਰਾ ਬਣ ਜਾਣਗੇ ਹਿੰਦੂਆਂ ਲਈ। ਉਹ ਇੱਕ ਸੂਡੋ ਕਿਸਮ ਦਾ ਜਿਹੜਾ ਫਾਲਸ ਕਿਸਮ ਦਾ ਇੱਕ ਡਰ ਪਾ ਦੇਣਾ ਕਿ ਤੁਹਾਨੂੰ ਫਲਾਣੀ ਕਮਿਊਨਿਟੀ ਖਾ ਜਾਏਗੀ। ਐਸਾ ਕੁਛ ਨਾ ਕਦੀ ਹੋਇਆ, ਜਦੋਂ ਮੁਗਲ ਸੀ ਉਦੋਂ ਕੁਛ ਨਹੀਂ ਹੋਇਆ ਸਾਨੂੰ, ਠੀਕ ਹੈ ਨਾ। ਹੁਣ ਹਿੰਦੁਸਤਾਨ ਦੇ ਅੰਦਰ ਇੰਨੀ ਵੱਡੀ ਗਿਣਤੀ 'ਚ ਮੁਸਲਮਾਨ ਨੇ, ਉੱਥੇ ਕੁਛ ਨਹੀਂ ਹੋਇਆ। ਤਾਂ ਉਹ ਜਿਹੜੇ ਕਿਤੇ ਨਾ ਕਿਤੇ ਉਹਦੇ ਅੰਦਰ ਉਹਦਾ ਬੇਸ ਬਣੇ, ਜਿਹੜੇ ਮੁਸਲਿਮ ਟੈਰੋਰਿਸਟ ਆਰਗਨਾਈਜੇਸ਼ਨ ਨੇ ਜਿਹੜੀਆਂ, ਜਿਹਨਾਂ ਨੇ ਜਿਹੜੇ ਮੁਸਲਿਮ ਕੰਟਰੀ ਨੇ ਉਹਦੇ ਅੰਦਰ ਮਾਈਨੋਰਟੀ ਨੂੰ ਜਿਹੜਾ ਤੰਗ ਕੀਤਾ ਬਹੁਤ, ਔਰ ਉਹ ਆਧਾਰ ਬਣ ਗਿਆ। ਹਾਲਾਂਕਿ ਉਹ ਮੁਸਲਿਮ ਮੈਜੋਰਟੀ ਨੂੰ ਰਿਪ੍ਰੈਜੈਂਟ ਨਹੀਂ ਕਰਦੇ, ਉਹ ਮੁਸਲਿਮ ਸੈਂਟੀਮੈਂਟ ਨੂੰ ਰਿਪ੍ਰੈਜੈਂਟ ਨਹੀਂ ਕਰਦੇ, ਉਹ ਇੱਕ ਮੁਸਲਿਮ ਟੈਰੋਰਿਸਟ ਆਰਗਨਾਈਜੇਸ਼ਨ ਨੇ ਜਿਹਨਾਂ ਨੇ ਕਿ ਦੁਨੀਆਂ ਦੇ ਵਿੱਚ ਮੁਸਲਮਾਨਾਂ ਲਈ ਕੰਡੇ ਬੀਜੇ, ਮੁਸਲਮਾਨਾਂ ਨੂੰ ਇਸ ਤਰੀਕੇ ਨਾਲ ਪੁੱਠ ਕਰਤਾ ਵੀ ਜਿਵੇਂ ਮੁਸਲਮਾਨ ਦਾ ਇਸਲਾਮ ਹੀ ਜਿਹੜਾ ਉਹ ਕੋਈ ਹਿੰਸਾ ਪੱਖੀ ਹੈ। ਇਸ ਕਿਸਮ ਦੀਆਂ ਜਿਹੜੀਆਂ ਡੋਟਸ ਨੇ ਇਹਨਾਂ ਨੂੰ ਆਪਾਂ ਕਨੈਕਟ ਕਰਕੇ ਦੇਖਾਂਗੇ ਤਾਂ ਕੁਛ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਸਮਝ ਆਉਂਦੀਆਂ ਨੇ, ਤੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਅੰਦੋਲਨ ਦੀ ਤਾਕਤ ਕੀ ਹੈ ਤੇ ਕਮਜ਼ੋਰੀਆਂ ਕੀ ਨੇ। ਤਾਂ ਉਸ ਕਰਕੇ ਸਾਨੂੰ ਤਾਕਤ ਵੀ ਆਪਣੀ ਸਮਝਣੀ ਚਾਹੀਦੀ ਹੈ, ਕਮਜ਼ੋਰੀਆਂ ਵੀ ਸਮਝਣੀਆਂ ਚਾਹੀਦੀਆਂ ਨੇ। ਔਰ ਦੂਜੀ ਗੱਲ, ਜਿੱਥੇ ਆ ਕੇ ਫਸ ਗਈ ਹੈ ਗੱਲ, ਉਹਦੀ ਸੰਭਾਵਨਾ ਕੋਈ ਇੱਧਰ ਜਾਂ ਉੱਧਰ ਹੋਣ ਦੀ ਅਜੇ ਲੱਗਦੀ ਨਹੀਂ, ਕਿਉਂਕਿ ਜਿਸ ਦਿਸ਼ਾ 'ਚ ਇਹ ਕਾਨੂੰਨ ਲੈ ਕੇ ਜਗੜ ਜਾਣਾ ਚਾਹੁੰਦੇ ਆ ਉਹ ਦਿਸ਼ਾ 'ਚ ਆਲਰੇਡੀ ਜਾ ਚੁੱਕੇ ਆ, ਬਹੁਤ ਐਡਵਾਂਸ ਕਰ ਚੁੱਕੇ ਆ। ਇਹ ਨਹੀਂ ਹੈ ਕਿ ਕਾਨੂੰਨਾਂ ਤੋਂ ਬਾਅਦ ਉਹਨਾਂ ਨੇ ਫਿਰ ਅਜੇ ਜਾਣਾ ਹੈ। ਉਹਦੇ ਸੈਲੋ ਬਣ ਚੁੱਕੇ ਆ, ਉਹਦੇ ਅੰਦਰ ਬਹੁਤ ਸਾਰੇ ਬੈਂਕ ਲੁੱਟ ਲੁੱਟ ਕੇ ਉਹਨਾਂ ਕੋਲ ਪੈਸਾ ਇੰਨਾ ਇਕੱਠਾ ਹੋ ਗਿਆ ਕਿ ਉਹ ਪੈਸੇ ਦੇ ਨਾਲ ਸਭ ਕੁਛ ਖਰੀਦ ਰਹੇ ਹੈ, ਉਹ ਦਾਟੇ ਖਰੀਦ ਰਹੇ ਹੈ, ਉਹ ਰੇਲਾਂ ਖਰੀਦ ਰਹੇ ਹੈ, ਉਹ ਸਾਰਾ ਸਾਰਾ ਦਾ ਸਾਰਾ ਜਿਸ ਕਿਸ ਢੰਗ ਦੇ ਨਾਲ ਫੂਡ ਨੂੰ ਕੰਟਰੋਲ ਕਰਨਾ, ਖੇਤੀ ਨੂੰ ਕੰਟਰੋਲ ਕਰਨਾ, ਉਹਦੀ ਪੂਰੀ ਉਹਦੇ ਉਸ ਦਿਸ਼ਾ 'ਚ ਕਾਫ਼ੀ ਅੱਗੇ ਉਹ ਵੱਧ ਚੁੱਕੇ ਹੈ। ਉਹਨਾਂ ਨੂੰ ਵਾਪਸ ਆਉਣਾ ਮੌਤ ਲੱਗਦਾ, ਔਰ ਹੈ ਵੀ ਮੌਤ, ਕਿਉਂਕਿ ਅੱਜ ਅਗਰ ਪੰਜਾਬ ਦੀ ਕਿਸਾਨੀ ਜਾਂ ਕੰਟਰੀ ਦੀ ਕਿਸਾਨੀ ਕਾਮਯਾਬ ਹੋ ਜਾਂਦੀ ਹੈ ਇਸ ਗੱਲ 'ਚ, ਤੁਸੀਂ ਦੇਖੋ ਇਹ ਇਹ ਕਾਨੂੰਨ ਤੁਸੀਂ ਸੋਚ ਕੇ ਦੇਖੋ, ਜੇ ਜਿਹਨੂੰ ਕਹਿੰਦੇ ਤਿੰਨੇ ਕਾਨੂੰਨ ਰੱਦ ਹੋ ਜਾਣ, ਤੇ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਜਿਹਨਾਂ ਫਸਲਾਂ ਦੀ ਮੰਗਦੇ ਹਾਂ ਅਸੀਂ ਸਾਰੇ ਕੰਟਰੀ 'ਚ ਮਿਲ ਜਾਵੇ, ਤਾਂ ਫਿਰ ਤਾਂ ਕਿਸਾਨੀ ਮਜ਼ਬੂਤ ਹੋਏਗੀ, ਫਿਰ ਕਿਸਾਨੀ ਕਿਵੇਂ ਟੁੱਟੇਗੀ, ਖੇਤਾਂ ਦਾ ਏਜੰਡਾ ਸਾਰਾ ਫੇਲ ਹੋ ਗਿਆ। ਤੇ ਇਸ ਕਰਕੇ ਉਹ ਆਪਣੇ ਏਜੰਡੇ ਨੂੰ ਬਚਾਉਣ ਵਾਸਤੇ ਆਲ ਆਊਟ ਜਾਣਗੇ, ਉਹ ਧੋਖਾ ਕਰਨ, ਉਹ ਸਾਨੂੰ ਵਾਇਲੈਂਸ ਕਰਾ ਕੇ ਜਿਹੜੀ ਰਿਪਰੈਸ਼ਨ ਦੀ ਪੋਸੀਬਿਲਿਟੀ ਨਹੀਂ ਬਣੀ ਹੋਈ ਅਜੇ ਵੀ, ਅਜੇ ਨਹੀਂ ਹੈ, ਕਿਉਂਕਿ ਹਿੰਸਕ ਜਿਹੜਾ ਪੀਸਫੁਲ ਅੰਦੋਲਨ ਹੁੰਦਾ ਤੇ ਉਹ ਤੇ ਹਿੰਸਾ ਕਰਨੀ ਜਿਹੜਾ ਸੌਖਾ ਕੰਮ ਨਹੀਂ ਹੁੰਦਾ। ਔਰ ਆਪਾਂ ਦੇਖ ਲਿਆ ਕਿ ਕਿਵੇਂ ਜਿਹੜੀ ਹਰਿਆਣਾ ਦੀ ਪੁਲਿਸ ਨੇ ਜਾਂ ਹੋਰ ਪੁਲਿਸ ਨੇ ਬਹੁਤ ਹੀ ਜਿਹਨੂੰ ਕਹਿੰਦੇ ਉਹਨਾਂ ਨੇ ਕੋਈ ਪ੍ਰੋਵੋਕ ਨਹੀਂ ਕੀਤਾ ਬਹੁਤ ਜ਼ਿਆਦਾ, ਹਾਲਾਂਕਿ ਆਰਡਰਾਂ ਦੇ ਉੱਪਰ ਕੰਮ ਕੀਤੇ ਜਿਹੜੇ ਕੀਤੇ ਉਹਨਾਂ ਨੇ, ਕਿਉਂਕਿ ਉਹ ਕਿਸਾਨਾਂ ਦੇ ਬੱਚੇ ਆ ਸਾਰੇ, ਹਰਿਆਣਾ ਪੁਲਿਸ ਵੀ ਕਿਸਾਨਾਂ ਦੇ ਬੱਚੇ ਆ, ਔਰ ਰਾਜਸਥਾਨ ਪੁਲਿਸ 'ਚ ਵੀ ਜਿਹੜੇ ਯੂਪੀ ਪੁਲਿਸ ਵੀ ਕਿਸਾਨਾਂ ਦੇ ਬੱਚੇ ਆ, ਤਾਂ ਉਹਨਾਂ ਨੇ ਕੀ ਉਹਨਾਂ ਜਿੰਨੇ ਕੁ ਉਹਨਾਂ ਨੂੰ ਆਰਡਰ ਘੱਟੋ ਘੱਟ ਤੇ ਸਰਦਾ ਸੀ ਸਾਰਿਆਂ ਉਹਨਾਂ ਨੇ। ਤਾਂ ਇਸ ਕਰਕੇ ਇਹ ਵੀ ਇੱਕ ਬਹੁਤ ਵੱਡੀ ਸਾਡੀ ਤਾਕਤ ਹੈ ਕਿ ਉਹ ਪੁਲਿਸ ਦੇ
अंदर और पैरामिलिट्री फोर्स अंदर भी उही उही किसानी के बच्चे जो सेंटीमेंटली जो अंदोलन के नाल खड़े हैं, ठीक है, और ड्यूटी के तौर पर सरकार के नाल खड़े हैं, लेकिन सेंटीमेंटली अंदोलन के नाल ने, यह बहुत वड्डी ताकत 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 है साड़ी। तो इस किस्म जो साढ़े हम जी अगला अगला समा आ रहा जिते कि जिम्मे 26 कहने 26 असं ट्रैक्टर दिल्ली च मार्च करना है, हूँ इतने आके फिर एक खतरा बन गया कि इतने फिर वायलेंस प्रोवोक होएगी, वायलेंस प्रोवोक होने के चांसिस इस करके ने कि दिल्ली पुलिस अंदर हो सकता है कि किसानों के बच्चे घट हो, अर्बन जोड़े ने बच्चे हो गए बहुत ज्यादा जो शहरी ने, तो हो सकता दिल्ली पुलिस का एटीट्यूड जो हरियाणा पुलिस तो या यूपी पुलिस तो थोड़ा वक्रा हो, इस गल की पॉसिबिलिटी भी है कि उत्थे अगर अगर हिंसा अगर प्रोवोक होंगी है तो उत्थे हिंसक होने की संभावना फिर बन जाएगी, और हिंसा प्रवोक अगर होंगी है तो फिर जो अंदोलन दबाने जो बहुत सौखा हो जाता है। इस किस्म के कुछ जो कमजोरिया ने और जो अपनी ताकत है वो अपन पछाड़ना चाहिए, और ये सानू जी गल समझ आई है कि ये पूरे समाज का अंदोलन है, ये किसानी का अंदोलन नहीं है कला, क्योंकि पूरे समाज के हित जुड़े हुए हैं। आप देख लिया पिछले कोरोना काल के समय किस ढंग छोटा बिजनेस तबाह किया गया, किस ढंग नौकरियां तबाह की जा रही ने, कुछ डॉट्स होर ने जिदा आने वाले समय च की होना है, किमें नौकरियां तरह तरह खत्म हो रही ने, किमें पोस्टा अबॉलिश की जा रही ने, किमें ईवन फौज के अंदर भी जी फौज की अब बहुत बड़ी इंपलायमेंट का सोर्स है किसानों के बच्चों लिए गरीब के बच्चे लिए, क्योंकि अमीर का बच्चा तो नहीं जाता फौज, फौज तो आम आदमी बच्चा जाता क्योंकि कड़ा मरदा उसे अमीर का बंदा जाके, तो वह कितने ना कि जरा जे गरीबा के बच्चे लिए उ भी ईवन रॉबर जोड़े ने आर्टिफिशियल इंटैलीजेंस आने वाले समय ए आई आ रही है, आर्टिफिशियल इंटैलीजेंस डिजिटलाइजेशन के बाद भी इसमें समझना चाहिए कि वह आर्टिफिशियल इंटैलीजेंस इदा की नहीं होनी चाहिए जी मैन रिप्लेस करनी हो, जोड़ा काम आदमी कर सकता बड़े आराम क्यों तुम रॉबर बना रहे हैं एडा महंगा, क्यों तुम मशीन लैके आना चाहते हो, मनुखा तो कराओ काम, मनुख कम करे जो मनुख कम करे अंदर ब्यूटी क्रिएट करे थोड़ा कर सकता, कल हूँ न्यू फस्ट ईयर से इन्होंने डेमोस्ट्रेशन दी कि जो रॉबो ने फस्ट ईयर नवा साल मना रहे हैं डांस करके, अखबारों में पढ़ी होनी खबर लगी कि रॉबर का डांस किया करवाया गया नवा साल मनाने लिए, देखो मशीन डांस कर रही नवा साल मनाने लिए, कि मतलब वाहियात किस्म की जी सोच है कि मनुख को रिप्लेस करके एक मशीन लियाओ जी मनुख का काम करे। फिर 5G आ रही है, 5G बारे बहुत चेतन रहना चाहिए सूँ, 5G वह तकनोलॉजी है जी के जी के बहुत ज्यादा रेडिएशन है, रेडिएशन बहुत ज्यादा स्ट्रोंग है, बहुत ज्यादा हार्मफुल हो सकती है, बहुत ज्यादा कैंसर बढ़ेगा वह बहुत ज्यादा बीमारियां बढ़नगियां, और वो जी फर्क यह है 4G नालों कि वो रेंज घट है रेडिएशन ज्यादा, 5G रेंज बहुत घट है तो रेडिएशन बहुत ज्यादा, सो थां थां ते टावर लगन गए, थां थां ते टावर लगन गए, टावर की गिनती बढ़ेगी और वो अंदर जिस जो टावर थले आ जाएंगे बंदे वो खास करके प्रभाव प्रभाव चाहे, बाकी यूजर भी जोड़े ने जोड़े थोड़ा थोड़ी अपलायंसिज ने जिड़िया वो भी ज्यादा रेडिएशन वाली हो जाएगी, तो वो रेडिएशन मजर करने का जो वर्तारा पाना चाहिए, जिम्मे TDS का वर्तारा पानी च पाया तो आपको TDS और रेडिएशन EMF मीटर कहते हैं, इलैक्ट्रोमैगनैटिक फ्रीकुएंसी के मीटर मिलते हैं वो लैके 2000 तो लैके 7-8-10-8-7-8 हज़ार तक 9000 तक के मीटर ने उत्थे पए हैं गूगल च, जो भी दोस्तों खरीद सकते हैं आप अपने कल्चर पाइए कि आप मीटर खरीदिए EMF मीटर, EMF मीटर खरीद के अपने जिथे जिथे भी टावर लगे हुए EMF रेडिएशन बनी है, और EMF रेडिएशन के उपर स्पैशल किसी दिन सैशन रख लेंगे वो सेफ लिमिट की है तो की नुकसान ने, तो EMF रेडिएशन मिलने लिए भी कल्चर पाना चाहिए सू बहुत जरूरी है, अभी 5G का वर्तारा जरा, और दूजा वर्तारा आ रहा अगे वैक्सीनेशन का, देखो वैक्सीनेशन जोड़ा है हम फोर्स किए जाएंगे जाएगा लोगों को, कुछ तो लोग डराए पे हैं वो मर्जी नाले लवाएंगे, मैं इदा लगता जिदा 30-40% बंद ने तो डर डर चू लवा लेना, बाकी रहेंगे 60-70% बंदे 60-70% जो उन्होंने फोर्स किया जाएगा किसी ने किसी आने बहाने स्कूल जाना तो सर्टिफिकेट लो, जहाज चढ़ना सर्टिफिकेट लो, गड्डी चढ़ना सर्टिफिकेट, तो यह किस्म का जो वर्तारा, तो वैक्सीन जोड़ा जी सेफ्टी है और इफेक्टिविटी है दोनों डाउटफुल ने, पहली गल तो यह वैक्सीन बन ही नहीं सकता रेस्पिरेटरी वायरस RNA वायरस का वैक्सीन बनना ही नहीं है, बन भी गया इफेक्टिव नहीं होएगा, जो धोखा हो रहा है ये इफेक्टिव हो गया तो फिर साइड इफेक्ट की होंगे, जो राही शरारतबाजी की हो सकती है, दिस वैक्सीनेशन कैन बी यूज एज ए वेपन पॉसिबिलिटी भी हैगी है।
ਇਸ ਕਰਕੇ ਇਹ ਸਾਰੇ ਵਰਤਾਰੇ ਜਿਹੜੇ ਨੇ ਕਿ ਇਹਨਾਂ ਜਿਹੜੇ ਘਟਨਾਵਾਂ ਵਾਪਰੀਆਂ ਸਾਡੇ ਆਲੇ ਦੁਆਲੇ ਇਹਨਾਂ ਨੂੰ ਜੋੜ ਕੇ ਆਪਾਂ ਦੇਖਾਂਗੇ ਤਾਂ ਬੜੀ ਦਿਸ਼ਾ ਹੈ ਇਹਦੇ ਅੰਦਰ ਕਿਸ ਢੰਗ ਦੇ ਨਾਲ ਕੋਈ ਖਾਸ ਕਿਸਮ ਦੀਆਂ ਫੋਰਸਿਸ ਆਪਣਾ ਏਜੰਡਾ ਲਾਗੂ ਕਰਨ ਲਈ ਭਾਂਤ ਭਾਂਤ ਦੇ ਦੀਆਂ ਸੰਸਥਾਵਾਂ ਨੂੰ ਭਾਂਤ ਭਾਂਤ ਦੇ ਪ੍ਰੋਫੈਸ਼ਨ ਨੂੰ ਆਪਣੀ ਮਰਜ਼ੀ ਨਾਲ ਆਪਣੇ ਢੰਗ ਨਾਲ ਯੂਜ਼ ਕਰ ਰਹੀਆਂ ਨੇ ਔਰ ਜਿਹੜੇ ਲੋਕਾਂ ਦੇ ਪੱਖੀ ਅਦਾਰੇ ਸੀਗੇ ਸਾਰੇ ਉਹਨਾਂ ਨੂੰ ਤਬਾਹ ਕਰ ਰਹੀਆਂ ਨੇ ਚਾਹੇ ਉਹ ਵਿੱਦਿਅਕ ਅਦਾਰੇ ਨੇ ਉਹਨੂੰ ਤਬਾਹ ਕੀਤਾ ਜਾ ਰਿਹਾ ਚਾਹੇ ਉਹ ਸਿਹਤ ਦੇ ਅਦਾਰੇ ਨੂੰ ਤਬਾਹ ਕੀਤਾ ਜਾ ਰਿਹਾ ਚਾਹੇ ਉਹ ਆਰਥਿਕ ਅਦਾਰੇ ਨੂੰ ਤਬਾਹ ਕੀਤਾ ਜਾ ਰਿਹਾ ਤੁਹਾਡੇ ਬਿਜ਼ਨਸ ਤਬਾਹ ਕੀਤੇ ਜਾ ਰਹੇ ਹਨ ਤੁਹਾਡੇ ਨਿੱਕੇ ਨਿੱਕੀਆਂ ਨੌਕਰੀਆਂ ਜਿਹੜੀਆਂ ਉੱਡ ਰਹੀਆਂ ਨੇ ਉਹ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਕਮਜ਼ੋਰ ਹੋ ਰਹੇ ਹੈ ਲੋਕ ਪੱਖੀ ਅਦਾਰੇ ਜਿਹੜੇ ਨੇ ਉਹ ਲਗਾਤਾਰ ਕਮਜ਼ੋਰ ਕਰਕੇ ਉਹਨਾਂ ਨੂੰ ਤੋੜਿਆ ਜਾ ਰਿਹਾ ਔਰ ਸਾਰੇ ਦਾ ਸਾਰਾ ਚੀਜ਼ਾਂ ਜਿਹੜੀਆਂ ਨੇ ਉਹ ਪ੍ਰਾਈਵੇਟ ਕੁਛ ਹੱਥਾਂ 'ਚ ਦਿੱਤੀਆਂ ਜਾ ਰਹੀਆਂ ਨੇ ਚੰਦ ਹੱਥਾਂ 'ਚ ਤਾਂ ਕਿ ਉਹ ਜਿਹੜਾ ਉਹਦੇ ਉੱਪਰੋਂ ਉਹਦੇ 'ਚ ਪ੍ਰੋਫਿਟ ਦੀ ਜਿਹੜੀ ਪਾਗਲਪਨ ਹੈ ਕਿ ਅਸੀਂ ਅਮੀਰ ਤੋਂ ਹੋਰ ਅਮੀਰ ਹੋਣਾ ਉਸ ਪਾਗਲ ਪਾਗਲ ਕੁਛ ਪਾਗਲਾਂ ਦਾ ਇੱਕ ਸਮੂਹ ਹੈ ਜਿਹੜਾ ਸਾਰੇ ਸਮਾਜ ਦੇ ਅੰਦਰ ਜਿਹੜੀ ਹੈ ਉਹ ਆਪਣੀ ਸੱਤਾ ਇਸ ਢੰਗ ਨਾਲ ਲਾਗੂ ਕਰਨਾ ਚਾਹੁੰਦਾ ਹੈ ਕਿ ਸਿਰਫ ਉਹਨਾਂ ਨੂੰ ਉਹ ਦਿਸਦੇ ਆ ਕੁਛ ਚੰਦ ਬੰਦੇ ਬਾਕੀ ਲੋਕ ਜਿਹੜੇ ਉਹਨਾਂ ਨੂੰ ਕੀੜੇ ਮਕੌੜੇ ਦਿਖਦੇ ਆ ਤੇ ਇਸ ਕਰਕੇ ਉਹ ਹੋਰ ਸਾਰਾ ਕਿੰਨੇ ਕਿਤੇ ਸਮਝਣ ਦੀ ਲੋੜ ਹੈ ਉਹਦੇ ਖਿਲਾਫ਼ ਲੜਨ ਦੀ ਲੋੜ ਹੈ ਔਰ ਇੱਕ ਗੱਲ ਹੀ ਆਪਾਂ ਨੂੰ ਮੈਂਟਲੀ ਪ੍ਰਪੇਅਰ ਰਹਿਣਾ ਚਾਹੀਦਾ ਇਹ ਅੰਦੋਲਨ ਨਾ ਤਾਂ ਖਤਮ ਹੋਣ ਜਾ ਰਿਹਾ ਖਤਮ ਮਤਲਬ ਮੇਰਾ ਮਤਲਬ ਖਤਮ ਨਾ ਹੋਣ ਤੋਂ ਇਹ ਆ ਕਿ ਇਸ ਸ਼ਕਲ 'ਚ ਤਾਂ ਖਤਮ ਹੋ ਸਕਦਾ ਲੇਕਿਨ ਅੱਗੇ ਇਹ ਅੰਦੋਲਨ ਦੀ ਲਗਾਤਾਰ ਤਾਂ ਬਣੀ ਰਹੇਗੀ ਕਿਉਂਕਿ ਇਹਦੇ ਨਾਲ ਸਮੱਸਿਆਵਾਂ ਹੱਲ ਨਹੀਂ ਹੋ ਜਾਣੀਆਂ ਸੋ ਇੱਕ ਲੰਬੀ ਲੜਾਈ ਹੈ ਆਜ਼ਾਦੀ ਦੀ ਲੜਾਈ ਵਰਗੀ ਜਿਹਦੇ ਲਈ ਸਾਨੂੰ ਮਾਨਸਿਕ ਤੌਰ 'ਤੇ ਤਿਆਰ ਰਹਿਣਾ ਚਾਹੀਦਾ ਔਰ ਇਸ ਢੰਗ ਦੇ ਨਾਲ ਤਿਆਰ ਰਹਿਣਾ ਚਾਹੀਦਾ ਕਿ ਅਸੀਂ ਕੋਈ ਸਾਡੇ ਅੰਦਰ ਥਕਾਵਟ ਜਾਂ ਅਕਾਵਟ ਨਾ ਆਵੇ ਨਾ ਅਸੀਂ ਥੱਕੀਏ ਨਾ ਆਕੀਏ ਇੱਕ ਦਿਸ਼ਾ 'ਚ ਅਸੀਂ ਹੌਲੀ 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 ਆਪਣੇ ਕੰਮ ਕਾਰ ਕਰਦੇ ਹੋਏ ਆਪਣਾ ਰੂਟੀਨ ਨਿਭਾਉਂਦੇ ਹੋਏ ਇੱਕ ਚੜ੍ਹਦੀ ਕਲਾ 'ਚ ਰਹਿ ਕੇ ਇੱਕ ਜਿਹਨੂੰ ਕਹਿੰਦੇ ਆ ਜੋ ਸਾਡੇ ਸੱਭਿਆਚਾਰ ਦਾ ਹਿੱਸਾ ਹੈ ਕਿ ਮਜ਼ਲੂਮ ਲਈ ਖੜਨਾ ਸੱਚ ਲਈ ਖੜਨਾ ਤੇ ਚੜ੍ਹਦੀ ਕਲਾ 'ਚ ਰਹਿ ਕੇ ਲੜਦੇ ਰਹਿਣਾ ਤੇ ਉਹਦੇ 'ਚ ਕੋਈ ਜਿਹਨੂੰ ਕਹਿੰਦੇ ਕੋਈ ਕੰਪਰੋਮਾਈਜ਼ ਨਹੀਂ ਕੋਈ ਕੋਈ ਜਿਹਨੂੰ ਕਹਿੰਦੇ ਕੋਈ ਕਮਜ਼ੋਰੀ ਨਹੀਂ ਤਾਂ ਉਹ ਇੱਕ ਯੋਧਿਆਂ ਦੀ ਲੜਾਈ ਯੋਧਿਆਂ ਦਾ ਜ਼ਿੰਦਗੀ ਜੀਵਨ ਹੁੰਦਾ ਯੋਧਿਆਂ ਦਾ ਜੀਵਨ ਜਿਉਣਾ ਜਿਹੜਾ ਹੁੰਦਾ ਉਹ ਛੋਟਾ ਵੀ ਹੋਵੇ ਕੋਈ ਗੱਲ ਨਹੀਂ ਲੇਕਿਨ ਬੁਜ਼ਦਲਾਂ ਦਾ ਜਿਉਣਾ ਤੇ ਚੂਹਿਆਂ ਵਾਂਗੂ ਜਿਹੜਾ ਖੁੱਡਾਂ 'ਚ ਵੜ ਕੇ ਰਹਿਣਾ ਇਹ ਕੋਈ ਜੀਵਨ ਥੋੜਾ ਹੁੰਦਾ ਇਹ ਤਾਂ ਮਰਿਆ ਜਿੱਥੇ ਜਿਉਂਦਾ ਜਿਉਂਦਾ ਹੀ ਬੰਦਾ ਅਗਰ ਮਰਿਆ ਵਰਗਾ ਹੋ ਗਿਆ ਫਿਰ ਉਹ ਜਿਉਣਾ ਕਾਹਦਾ ਜਿਉਣਾ ਹੋਇਆ ਇਸ ਕਰਕੇ ਇਸ ਕੁਛ ਚੀਜ਼ਾਂ ਨੇ ਜਿਹੜੇ ਜਿਹੜੀ ਅੰਮ੍ਰਿਤਸਰ 'ਚ ਆਪਾਂ ਨੂੰ ਧਿਆਨ 'ਚ ਰੱਖਣੀਆਂ ਚਾਹੀਦੀਆਂ ਚੋਣਾਂ ਜਿਹੜੀਆਂ ਨੇ ਚੋਣਾਂ ਇੱਕ ਪੱਖ ਹੈ ਸਿਰਫ ਚੋਣਾਂ ਕਦੇ ਵੀ ਲੜਾਈ ਦਾ ਜਿਹਨੂੰ ਕਹਿੰਦੇ ਆ ਮੁੱਖ ਪੱਖ ਇਸ ਕਰਕੇ ਨਹੀਂ ਬਣ ਸਕਦੀਆਂ ਕਿ ਮੁੱਖ ਪੱਖ ਤਾਂ ਚੇਤਨਾ ਹੈ ਤੇ ਤੁਹਾਡਾ ਹਰ ਗਲੀ ਮੁਹੱਲੇ ਦੇ ਵਿੱਚ ਬੈਠੇ ਆਪਣੇ ਹੱਕਾਂ ਦੀ ਰਾਖੀ ਕਰਨਾ ਉਹ ਮੁੱਖ ਪੱਖ ਹੈ ਉਹਦੇ ਵਿੱਚ ਚੋਣਾਂ ਵੀ ਬਹੁਤ ਵੱਡੀ ਮਹੱਤਤਾ ਰੱਖਦੀਆਂ ਨੇ ਕਿਉਂਕਿ ਚੋਣਾਂ ਦਾ ਮਤਲਬ ਹੁੰਦਾ ਪੋਲੀਟੀਕਲ ਪਾਰਟੀਆਂ ਜਿਹੜੀਆਂ ਹੁੰਦੀਆਂ ਨੇ ਚੋਣਾਂ ਹੁੰਦੀਆਂ ਨੇ ਉਹ ਹੁੰਦੀਆਂ ਨੇ ਸਮਾਜ ਦੀਆਂ ਵੱਡੀਆਂ ਸਮੱਸਿਆਵਾਂ ਹੱਲ ਕਰਨ ਲਈ ਕੁਛ ਸਮੱਸਿਆਵਾਂ ਅਸੀਂ ਮੁਹੱਲੇ ਦੇ ਲੈਵਲ 'ਤੇ ਹੱਲ ਕਰ ਲਾਂਗੇ ਕੁਛ ਪਿੰਡ ਦੇ ਲੈਵਲ 'ਤੇ ਹੱਲ ਕਰ ਲਾਂਗੇ ਕੁਛ ਅਸੀਂ ਲੋਕਲ ਲੈਵਲ 'ਤੇ ਹੱਲ ਕਰ ਲਾਂਗੇ ਲੇਕਿਨ ਜਿਹੜੀਆਂ ਵੱਡੀਆਂ ਸਮੱਸਿਆਵਾਂ ਨੇ ਉਹਨੂੰ ਹੱਲ ਕਿਵੇਂ ਕਰਾਂਗੇ ਉਹ ਸਾਡੇ ਕੋਲ ਡੈਮੋਕ੍ਰੇਸੀ ਦੇ ਅੰਦਰ ਇੱਕ ਜਿਹੜਾ ਕੰਸਟੀਟਿਊਸ਼ਨ ਬਣਾਇਆ ਬਾਬਾ ਸਾਹਿਬ ਅੰਬੇਦਕਰ ਨੇ ਉਹ ਕਮਾਲ ਦਾ ਕੰਸਟੀਟਿਊਸ਼ਨ ਬਣਾਇਆ ਸੀਗਾ ਜਿਹਨੂੰ ਗਾਂਧੀ ਵੀ ਕਿਸੇ ਲੈਵਲ 'ਤੇ ਸਪੋਰਟ ਕਰਦਾ ਸੀਗਾ ਲੇਕਿਨ ਗਾਂਧੀ ਨੇ ਵੀ ਉਹੀ ਸਮਝੌਤਾ ਕਰੂ ਨੀਤੀ ਜਿਹੜਾ ਚੱਲਦਾ ਰਿਹਾ ਤਾਂ ਉਹਦੇ ਅੰਦਰ ਫਿਰ ਅਲਟੀਮੇਟਲੀ ਜਿਹੜੇ 76 ਲੋਕ ਸੀ ਉਹ ਪਾਵਰਫੁਲ ਹੋ ਗਏ ਤੇ ਗਾਂਧੀ ਨੂੰ ਕਿਸੇ ਪੁੱਛਿਆ ਹੀ ਨਹੀਂ ਆਜ਼ਾਦੀ ਡਿਕਲੇਅਰ ਹੋਣ ਸਾਰ ਗਾਂਧੀ ਖੁੱਜੇ ਲੈਣ ਲੱਗ ਗਏ ਅਗਲੇ ਨੇ ਮੰਦਰ 'ਚ ਬਿਠਾ ਦਿੱਤਾ ਤਾਂ ਉਹ 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 ਕਿਤੇ ਨਾ ਕਿਤੇ ਜਦੋਂ ਉਹ ਇੱਕ ਸੰਵਿਧਾਨ ਦੇ ਅੰਦਰ ਇੱਕ ਅੰਕਿਤ ਹੈ ਜਿਹੜੀ ਗ੍ਰਾਮ ਸਭਾ ਤੋਂ ਲੈ ਕੇ ਥੱਲੇ ਤੁਹਾਡੇ ਬਲਾਕ ਲੈਵਲ ਦੇ ਬਲਾਕ ਸਮਿਤੀਆਂ ਨੇ ਜ਼ਿਲ੍ਹਾ ਪੱਧਰ ਤੇ ਜਿਹੜੀ ਸਾਰੀ ਉਹਦੀ ਸਾਰਾ ਡੈਮੋਕ੍ਰੈਟਿਕ ਸਟਰਕਚਰ ਹੈ ਫਿਰ ਸਟੇਟ ਲੈਵਲ ਤੇ ਹੈ ਫਿਰ ਇਹ ਪੂਰੇ ਦਾ ਪੂਰਾ ਜਿਹੜਾ ਡੈਮੋਕ੍ਰੈਟਿਕ ਸਟਰਕਚਰ ਨੂੰ ਸਟਰੋਂਗ ਕਰਨਾ ਚਾਹੀਦਾ ਫੈਡਰਲਿਜ਼ਮ ਦਾ ਜਿਹੜਾ ਮਸਲਾ ਹੈ ਫੈਡਰਲਿਜ਼ਮ ਦਾ ਮਸਲਾ ਬਹੁਤ ਇੰਪੋਰਟੈਂਟ ਮਸਲਾ ਕਿ ਸਟੇਟਾਂ ਦੀ ਪਾਵਰ ਨੂੰ ਤੁਸੀਂ ਕਿੱਦਾਂ ਯੂਜ਼ ਕਰ ਰਹੇ ਹੋ ਪੰਚਾਇਤ ਦੇ ਤੋਂ ਲੈ ਕੇ ਨੈਸ਼ਨਲ ਗਵਰਨਮੈਂਟ ਤੱਕ ਇੱਕ ਡੈਮੋਕ੍ਰੈਟਿਕ ਸੰਸਥਾਵਾਂ ਨੇ ਜਿਹੜੇ ਜਿਹਦੇ ਇੱਥੇ ਬਹੁਤ ਪਿਆਰਾ ਸਿਸਟਮ ਬਣਾਇਆ ਕਿ ਤੁਸੀਂ ਉਹਨੂੰ ਚੋਣਾਂ ਰਾਹੀਂ ਕਰੋ ਉਹ ਸਿਸਟਮ ਨਹੀਂ ਮਾੜਾ ਲੇਕਿਨ ਉਹ ਸਿਸਟਮ ਦੇ ਅੰਦਰ ਇਸ ਢੰਗ ਦੇ ਨਾਲ ਉਹਨੂੰ ਮੈਨੀਪੁਲੇਟ ਕੀਤਾ ਜਾਂਦਾ ਹੈ ਉਹ ਸਿਸਟਮ ਫੇਲ ਕਰਤਾ ਜਾਂਦਾ ਹੈ ਆਪਾਂ ਫੇਲ ਕਹਿ ਸਕਦੇ ਉਹਨੂੰ ਜੇ ਸਿਸਟਮ ਚੱਲੇ ਵਧੀਆ ਤਾਂ ਸਾਡਾ ਫਰਜ਼ ਬਣਦਾ ਅਸੀਂ ਉਹਨਾਂ ਸੰਸਥਾਵਾਂ ਨੂੰ ਇੱਕ ਡੈਮੋਕ੍ਰੈਟਿਕ ਢੰਗ ਦੇ ਨਾਲ ਚਲਾਈਏ ਪੰਚਾਇਤ ਤੋਂ ਲੈ ਕੇ ਨੈਸ਼ਨਲ ਗਵਰਨਮੈਂਟ ਤੱਕ ਜਿਹੜੀ ਚੋਣਾਂ ਦੀ ਪ੍ਰਕਿਰਿਆ ਹੈ ਉਹਦੇ ਅੰਦਰ ਸੱਚੇ ਸੁੱਚੇ ਬੰਦੇ ਆਉਣ ਉਹ ਜਾ ਕੇ ਉਹ ਲੜਨ ਜਿਹੜੇ ਲੋਕਾਂ ਦੇ ਹੱਕਾਂ ਲਈ ਇਹ ਬਹੁਤ ਜ਼ਰੂਰੀ ਹੈ ਸਰ ਜੀ